हेलो स्टूडेंट्स, हाउ आर यू। अज असीं करन जा रहे हैं नैक्सट लैसन, नो टाइम फॉर फीयर, के डरन दा कोई समा नहीं, डरन दी कोई गुंजाइश बाकी नहीं रहेगी। तो आओ आपां लैसन पढ़िए ते जानिए यह यूनीक जिहा टाइटल इस लैसन नूं किवें मिलिया। लैट्स स्टार्ट फ्रॉम द इंट्रोडक्शन। अ नेटिव ऑफ एटलांटा, जॉर्जिया फिलिप येंसे अर्नड ग्रेजुएट डिग्री इन कम्युनिकेशंस एंड इंग्लिश फ्रॉम Wheaton College Graduate School and the University of Chicago. Atlanta de niwasi Georgia Philip Yancey ne apni communication and English vich graduate di degree Wheaton College Graduate School and the University of Chicago to prapat kiti. He joined the staff of Campus Life magazine in 1971. Unna ne 1971 de vich Campus Life magazine de staff nu join kita and worked there as editor ate utthe ik sampadak de vajon kam kita and then publisher. Te us to baad प्रकाशक दे रूप विच भी काम कीता। He looks on those years with gratitude. ओह, उन्हां सालां लई परमात्मा प्रति अपना धन्नवाद व्यक्त करता है because teenagers are demanding readers. क्योंकि किशोर अवस्था वाले बच्चे हमेशा नवा पढ़न दी मांग करते हैं and writing for them. अते फिलिप येंसी वर्गे लेखक ने जदों उन्हां बारे लिखिया taught him a lasting principle. ਤਾਂ ਉਹਨਾਂ ਨੂੰ ਇੱਕ ਚਿਰ ਸਥਾਈ ਸਿਧਾਂਤ ਸਿੱਖਣ ਨੂੰ ਮਿਲਿਆ। ਉਹ ਸਿਧਾਂਤ ਕਿਹੜਾ ਸੀ? ਦ ਰੀਡਰ ਇਜ਼ ਇਨ ਕੰਟਰੋਲ, ਕਿ ਲਗਾਮ ਪਾਠਕ ਦੇ ਹੱਥ ਹੈ, ਭਾਵ ਕਿ ਇੱਕ ਚੰਗਾ ਲੇਖਕ ਉਹੀ ਹੈ ਜੋ ਕਿ ਆਪਣੀ ਆਡੀਅੰਸ ਦੀ ਐਕਸਪੈਕਟੇਸ਼ਨਸ ਤੇ ਪੂਰਾ ਉਤਰੇ। ਇਨ 1978 ਫਿਲਿਪ ਯੈਂਸੀ ਬਿਕੇਮ ਅ ਫੁੱਲ ਟਾਈਮ ਰਾਈਟਰ। 1978 ਵਿੱਚ ਫਿਲਿਪ ਯੈਂਸੀ ਇੱਕ ਫੁੱਲ ਟਾਈਮ ਲੇਖਕ ਬਣ ਗਿਆ। ਇਨੀਸ਼ਲੀ ਵਰਕਿੰਗ ਐਜ਼ ਅ ਜਰਨਲਿਸਟ ਫੋਰ ਸੱਚ ਵੇਰੀਡ ਪਬਲੀਕੇਸ਼ਨਸ ਐਜ਼ ਰੀਡਰਸ ਡਾਈਜੈਸਟ। ਸ਼ੁਰੂਆਤੀ ਤੌਰ ਤੇ ਉਹਨੇ ਕਈ ਅਲੱਗ ਅਲੱਗ ਪ੍ਰਕਾਸ਼ਨਾਵਾਂ ਵਿੱਚ ਕੰਮ ਕੀਤਾ ਜਿਵੇਂ ਕਿ ਰੀਡਰਸ ਡਾਈਜੈਸਟ, ਪਬਲਿਸ਼ਰਸ ਵੀਕਲੀ, ਨੈਸ਼ਨਲ ਵਾਈਲਡ ਲਾਈਫ, ਕ੍ਰਿਸਚਨ ਸੈਂਚੁਰੀ and the Reformed Journal. For many years he wrote a monthly column for Christianity Today magazine. ਕਾਫੀ ਸਾਲ ਉਸਨੇ ਕ੍ਰਿਸਚੀਅਨਿਟੀ ਟੂਡੇ ਮੈਗਜ਼ੀਨ ਵਿੱਚ ਵੀ ਮਾਹਵਾਰੀ ਕੋਲਮ ਲਿਖੇ। ਓਕੇ, ਲੈਟਸ ਸਟਾਰਟ ਦ ਲੈਸਨ। ਨੋ ਟਾਈਮ ਫੋਰ ਫੀਅਰ ਇਜ਼ ਅ ਸਟੋਰੀ ਅਬਾਊਟ ਦ ਬਰੇਵਰੀ ਆਫ ਅ ਯੰਗ ਕੈਨੇਡੀਅਨ ਨੇਮਡ ਮੈਲਕੋਮ। ਨੋ ਟਾਈਮ ਫੋਰ ਫੀਅਰ ਇੱਕ ਕਹਾਣੀ ਹੈ ਜੋ ਕਿ ਇੱਕ ਨੌਜਵਾਨ ਕੈਨੇਡੀਅਨ ਮੈਲਕੋਮ ਦੀ ਬਹਾਦਰੀ ਬਾਰੇ ਦੱਸਦੀ ਹੈ। ਹੀ ਸੇਵਡ ਹਿਜ਼ ਫਰੈਂਡ ਬਾਬ ਫਰੋਮ ਅ ਗ੍ਰਿਜ਼ਲੀ। ਜਿਸਨੇ ਆਪਣੀ ਫਰੈਂਡ ਬਾਬ ਨੂੰ ਇੱਕ ਗ੍ਰਿਜ਼ਲੀ ਤੋਂ ਬਚਾਇਆ, ਭਾਵ ਇੱਕ ਭੂਰੇ ਰੰਗ ਦੇ ਭਾਲੂ ਤੋਂ ਬਚਾਇਆ। ਹਿਜ਼ ਅ ਟੈਰੀਬਲ ਐਨਕਾਊਂਟਰ ਵਿਦ ਦ ਗ੍ਰਿਜ਼ਲੀ ਐਕਸਪਲੇਨਸ ਦ ਟਾਈਟਲ ਨੋ ਟਾਈਮ ਫੋਰ ਫੀਅਰ। ਉਸਦਾ ਇਹ ਭੂਰੇ ਭਾਲੂ ਨਾਲ ਅਤਿਅੰਤ ਭਿਆਨਕ ਮੁਕਾਬਲਾ ਹੀ ਇਸੇ ਟਾਈਟਲਸ ਬਾਰੇ ਐਕਸਪਲੇਨ ਕਰਦਾ ਹੈ। ਹੀ ਵਾਜ਼ ਰਿਡਿਊਸਡ ਟੂ ਅ ਫਰੀਕ। ਉਹ ਇਸ ਐਨਕਾਊਂਟਰ ਤੋਂ ਬਾਅਦ ਇੱਕ ਨੋਰਮਲ ਆਦਮੀ ਤੋਂ ਅਜੀਬ ਜਿਹੇ ਆਦਮੀ ਵਿੱਚ ਤਬਦੀਲ ਹੋ ਗਿਆ। ਬਟ ਬਾਬ ਸਟਿਲ ਲਵਡ ਹਿਮ, ਪਰ ਬਾਬ ਨੇ ਉਸਨੂੰ ਫਿਰ ਵੀ ਪਿਆਰ ਕੀਤਾ ਐਂਡ ਮੈਰਿਡ ਹਿਮ, ਅਤੇ ਉਸ ਨਾਲ ਵਿਆਹ ਕਰਵਾਇਆ। ਹਰ ਟਰੂ ਲਵ ਬ੍ਰਿੰਗਸ ਬੈਕ ਹੋਪ ਇਨ ਮੈਲਕੋਮਸ ਲਾਈਫ। ਉਸਦਾ ਸੱਚਾ ਪਿਆਰ ਮੈਲਕੋਮਸ ਦੀ ਜ਼ਿੰਦਗੀ ਦੇ ਵਿੱਚ ਦੁਬਾਰਾ ਆਸ ਲੈ ਕੇ ਆਇਆ। ਫਸਟ ਦ ਟੂ ਯੰਗ ਕੈਨੇਡੀਅਨਸ ਹਡਲਡ ਕਲੋਜ਼ ਟੂ ਦ ਰਸਟੀ ਸਟੀਲ ਹੀਟਰ। ਦੋ ਨੌਜਵਾਨ ਕੈਨੇਡੀਅਨਸ ਇਕੱਠੇ ਬੈਠੇ ਹਨ ਇੱਕ ਰਸਟ ਕਲਰ ਦੇ ਸਟੀਲ ਹੀਟਰ ਦੇ ਕੋਲ। ਮੈਲਕਮ ਐਸਪੈਸਲੈਟ 19 ਐਂਡ ਬਾਬ ਬੈਕ 18। ਤੇ ਉਹ ਦੋ ਯੰਗ ਕੈਨੇਡੀਅਨ ਕੌਣ ਹਨ? ਮੈਲਕਮ ਐਸਪੈਸਲੈਟ ਜਿਸ ਦੀ ਉਮਰ 19 ਹੈ ਐਂਡ ਬਾਬ ਬੈਕ ਜਿਸ ਦੀ ਉਮਰ 18 ਹੈ। ਵਨ ਔਨ ਦੇਅਰ ਲੌਂਗੈਸਟ ਡੇਟ ਯੈਟ, ਜਿਹੜੇ ਕਿ ਉਹ ਆਪਣੇ ਸਭ ਤੋਂ ਵੱਡੇ ਬਾਹਰ ਘੁੰਮਣ ਫਿਰਨ ਦੇ ਟਾਈਮ ਵਿੱਚ ਹਨ। ਅ ਹਾਈਕ ਟੂ ਬਾਲੂ ਪਾਸ, ਤੇ ਉਹ ਬਾਲੂ ਪਾਸ ਦੀ ਚੜ੍ਹਾਈ ਤੇ ਹਨ। 2050 ਮੀਟਰਸ ਅਪ ਇਨ ਬ੍ਰਿਟਿਸ਼ ਕੋਲੰਬੀਆਸ ਗਲੇਸ਼ੀਅਰ ਨੈਸ਼ਨਲ ਪਾਰਕ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਗਲੇਸ਼ੀਅਰ ਨੈਸ਼ਨਲ ਪਾਰਕ ਵਿੱਚ 2050 ਮੀਟਰ ਉੱਪਰ ਹੈ। ਯੈਸਟਰਡੇ, ਕੱਲ, ਦ ਕਲਾਈਮ ਹੈਡ ਸੀਮਡ ਪ੍ਰੈਜ਼ੈਂਟਲੀ ਅਨਕੰਪਲੀਕੇਟਡ, ਕਿ ਉਸ 2050 ਮੀਟਰ ਦੀ ਚੜ੍ਹਾਈ ਤੇ ਉੱਪਰ ਚੜ੍ਹਨਾ ਉਹਨਾਂ ਨੂੰ ਬੜਾ ਪਲੈਜ਼ੈਂਟ ਲੱਗ ਰਿਹਾ ਸੀ, ਸੁਹਾਵਣਾ ਲੱਗ ਰਿਹਾ ਸੀ, ਅਤੇ ਕੰਪਲੀਕੇਟਡ ਬਿਲਕੁਲ ਨਹੀਂ ਲੱਗ ਰਿਹਾ ਸੀ। ਮੀਨਸ ਉਹਨਾਂ ਨੂੰ ਇਹ ਚੜ੍ਹਾਈ ਸੌਖੀ ਲੱਗ ਰਹੀ ਸੀ। ਵੇ ਟੂ ਸੈਲੀਬ੍ਰੇਟ ਅ ਡੇ ਔਫ, ਉਹਨਾਂ ਨੂੰ ਲੱਗਿਆ ਕਿ ਇੱਕ ਚੰਗਾ ਤਰੀਕਾ ਹੈ ਕਿ ਇੱਕ ਡੇ ਔਫ ਆਪਣਾ ਸੈਲੀਬ੍ਰੇਟ ਕੀਤਾ ਜਾਵੇ। ਸੋ ਡੇ ਔਫ ਮੀਨਸ ਜਦੋਂ ਅਸੀਂ ਆਪਣੇ ਰੈਗੂਲਰ ਕੰਮ ਤੋਂ ਛੁੱਟੀ ਲੈਂਦੇ ਹਾਂ। ਸੋ ਡੇ ਔਫ ਕਿੱਥੋਂ ਕੀਤਾ ਇਹਨਾਂ ਨੇ? ਫਰੋਮ ਦੇਅਰ ਹਾਟ ਨਾਈਸ ਕਿਚਨ ਵਰਕ ਇਨ ਦਾ ਪਾਰਕ ਲੋਜ, ਕਿ ਉਹ ਪਾਰਕ ਲੋਜ ਜਿੱਥੇ ਉਹ ਸਰਵਿਸ ਕਰਦੇ ਸੀ ਉੱਥੋਂ ਦੇ ਹੋਟ ਨਾਈਸ ਕਿਚਨ ਵਰਕ ਤੋਂ ਉਹ ਛੁੱਟੀ ਲੈ ਕੇ
ਉਸ ਜਗ੍ਹਾ ਤੇ ਆਪਣਾ ਡੇ ਆਫ ਕਰਨ ਆਏ ਸੀ ਤੇ ਉਹਨਾਂ ਨੂੰ ਬੜਾ ਅੱਛਾ ਲੱਗਿਆ ਸੀ ਤੇ ਬੜੀ ਸੌਖੀ ਲੱਗੀ ਸੀ ਇਹ ਚੜ੍ਹਾਈ ਚੜ੍ਹਨੀ ਉਹਨਾਂ ਨੂੰ ਇਹ ਸੁਹਾਵਣਾ ਅਹਿਸਾਸ ਹੋ ਰਿਹਾ ਸੀ ਦ ਹਾਈਕ ਹੈਡ ਗੋਨ ਸਮੂਥਲੀ ਇਹ ਚੜ੍ਹਾਈ ਬੜੀ ਇਕਸਾਰਤਾ ਨਾਲ ਚੱਲ ਰਹੀ ਸੀ ਅਨਟਿਲ ਜਦ ਤੱਕ ਕਿ ਦੇ ਰੀਚਡ ਦ ਟੌਪ ਉਹ ਸਿਖਰ ਤੇ ਨਹੀਂ ਪਹੁੰਚ ਗਏ ਬਟ ਦੇਅਰ ਦੇ ਹੈਡ ਬੀਨ ਅਨਐਕਸਪੈਕਟਡਲੀ ਕਾਟ ਇਨ ਅ ਫ੍ਰੇਕ ਸਨੋ ਫਲਰੀ ਪਰ ਉੱਪਰ ਸਿਖਰ ਤੇ ਪਹੁੰਚ ਕੇ ਉਹਨਾਂ ਨੂੰ ਇੱਕ ਅਜੀਬ ਜਿਹੀ ਹਲਕੀ ਬਰਫ਼ਬਾਰੀ ਦਾ ਸਾਹਮਣਾ ਕਰਨਾ ਪਿਆ ਜਿਸ ਦੀ ਉਹਨਾਂ ਨੇ ਉਮੀਦ ਨਹੀਂ ਕੀਤੀ ਸੀ ਐਂਡ ਫੋਰਸਡ ਟੂ ਸਪੈਂਡ ਦ ਨਾਈਟ ਇਨ ਵਨ ਆਫ ਦ ਪਾਰਕਸ ਐਲਪਾਈਨ ਕੈਬਿਨਸ ਤੇ ਉਹਨਾਂ ਨੂੰ ਮਜਬੂਰੀ ਬਸ ਪਾਰਕਸ ਐਲਪਾਈਨ ਕੈਬਿਨਸ ਦੇ ਇੱਕ ਕੈਬਿਨ ਦੇ ਵਿੱਚ ਉਹਨਾਂ ਨੂੰ ਰਾਤ ਬਿਤਾਉਣੀ ਪਈ ਨਾਓ ਨੈਕਸਟ ਮੋਰਨਿੰਗ ਹੁਣ ਅਗਲੀ ਸਵੇਰ ਦ ਟੂ ਸੈਟ ਔਨ ਦ ਫਲੋਰ ਦੋਨੋਂ ਜਣੇ ਫਰਸ਼ ਤੇ ਬੈਠ ਗਏ ਟਾਕਿੰਗ ਐਂਡ ਲਾਫਿੰਗ ਗੱਲਾਂ ਕਰ ਰਹੇ ਸਨ ਅਤੇ ਹੱਸ ਰਹੇ ਸਨ ਦੇ ਹੈਡ ਮੈਟ ਟੂ ਮੰਥਸ ਬਿਫੋਰ ਉਹ ਦੋ ਮਹੀਨੇ ਪਹਿਲਾਂ ਮਿਲੇ ਸਨ ਐਂਡ ਹੈਡ ਸਪੈਂਟ ਮੈਨੀ ਆਵਰਸ ਟੁਗੈਦਰ ਅਤੇ ਉਹਨਾਂ ਨੇ ਬਹੁਤ ਸਾਰਾ ਸਮਾਂ ਇਕੱਠੇ ਬਿਤਾਇਆ ਸੀ ਬਹੁਤ ਲਵਡ ਦ ਮਾਊਂਟੇਨਸ ਇਨਫ ਟੂ ਸਪੈਂਡ ਦੇਅਰ ਹੋਲੀਡੇਜ਼ ਡਿਊਰਿੰਗ ਕਿਚਨ ਵਰਕ ਜਸਟ ਟੂ ਬੀ ਨੀਅਰ ਦ ਕੈਨੇਡੀਅਨ ਪੀਕਸ ਆਪਣੇ ਕਿਚਨ ਦਾ ਕੰਮ ਕਰਦੇ ਹੋਏ ਕੈਨੇਡਾ ਦੀਆਂ ਚੜ੍ਹਾਈਆਂ ਦੀਆਂ ਪਹਾੜੀਆਂ ਦੇ ਉੱਤੇ ਆਪਣੀਆਂ ਛੁੱਟੀਆਂ ਬਿਤਾਉਣਾ ਦੋਨਾਂ ਨੂੰ ਹੀ ਪਸੰਦ ਸੀ ਇਟ ਵਾਜ਼ ਦਾ ਫਸਟ ਡੇ ਆਫ ਅਕਤੂਬਰ 1971 ਇਹ ਅਕਤੂਬਰ 1971 ਦਾ ਪਹਿਲਾ ਦਿਨ ਸੀ ਐਂਡ ਦ ਸਮਰ ਸੀਜ਼ਨ ਹੈਡ ਜਸਟ ਐਂਡਡ ਅਤੇ ਗਰਮੀ ਦੀ ਰੁੱਤ ਅਜੇ ਖਤਮ ਹੀ ਹੋਈ ਸੀ ਦੇਅਰ ਵਰ ਨੋ ਅਨਸ਼ਟਰਡ ਵਿੰਡੋਜ਼ ਇਨ ਦ ਕੈਬਿਨ ਇਸ ਕਰਕੇ ਕੈਬਿਨ ਦੀਆਂ ਸਾਰੀਆਂ ਖਿੜਕੀਆਂ ਤੇ ਸ਼ਟਰ ਲੱਗੇ ਹੋਏ ਸਨ ਸੋ ਪੀਰੀਓਡਿਕਲੀ ਇਸ ਕਰਕੇ ਸਮੇਂ ਸਮੇਂ ਤੇ ਮੈਲਕਮ ਵਰਡ ਓਪਨ ਦ ਡੋਰ ਮੈਲਕਮ ਦਰਵਾਜ਼ਾ ਖੋਲਦਾ ਐਂਡ ਚੈੱਕ ਵੈਦਰ ਕੰਡੀਸ਼ਨਸ ਤੇ ਮੌਸਮ ਦੀ ਸਥਿਤੀ ਦਾ ਜਾਇਜ਼ਾ ਲੈਂਦਾ ਅਬਾਊਟ ਮਿਡ ਮਾਰਨਿੰਗ ਦ ਸਨੋ ਸਟੋਪਡ ਅੱਧ ਕੁ ਸਵੇਰ ਦੇ ਲਗਭਗ ਬਰਫ਼ਬਾਰੀ ਬੰਦ ਹੋ ਗਈ ਐਂਡ ਦ ਯੰਗ ਕਪਲ ਬਿਗੈਨ ਦੇਅਰ ਡਿਸੈਂਟ ਹਾਈਕ ਅਤੇ ਨੌਜਵਾਨ ਜੋੜੇ ਨੇ ਉਸ ਸਿਖਰ ਤੋਂ ਨੀਚੇ ਉਤਰਨਾ ਸ਼ੁਰੂ ਕੀਤਾ ਡਿਸੈਂਟ ਯਾਨੀ ਨੀਚੇ ਉਤਰਨਾ ਬਾਬ ਵੀਅਰਿੰਗ ਸਮੂਥ ਸੋਲਡ ਨੀ ਹਾਈ ਫੈਸ਼ਨ ਬੂਟਸ ਬਾਬ ਨੇ ਪਲੇਨ ਤਲੇ ਵਾਲੇ ਅਤੇ ਗੋਡੇ ਤੱਕ ਉੱਚੇ ਫੈਸ਼ਨ ਬੂਟਸ ਪਾਏ ਹੋਏ ਸਨ ਕੈਪਟ ਸਲਿਪਿੰਗ ਤੇ ਉਹ ਬਾਰ ਬਾਰ ਸਲਿਪ ਕਰ ਰਹੀ ਸੀ ਐਂਡ ਫਾਲਿੰਗ ਔਨ ਦ ਆਈਸ ਤੇ ਆਈਸ ਤੇ ਗਿਰ ਰਹੀ ਸੀ ਥਰਡ ਦ 5 ਕਿਲੋਮੀਟਰ ਟ੍ਰੇਲ ਮਾਰਕਡ ਵਿਦ ਫ੍ਰੀਕੁਐਂਟ ਜ਼ਿਗਜ਼ੈਗਸ 5 ਕਿਲੋਮੀਟਰ ਤੱਕ ਦਾ ਰਸਤਾ ਲਗਾਤਾਰ ਟੇਢੇ ਮੇਢੇ ਮੋੜਾਂ ਦੇ ਨਾਲ ਭਰਿਆ ਹੋਇਆ ਸੀ ਫੋਲੋਡ ਅ ਕ੍ਰੀਕ ਬੈਡ ਡਾਊਨ ਦ ਮਾਊਂਟੇਨਸ ਤੇ ਉਹਨਾਂ ਪਹਾੜੀਆਂ ਦੇ ਥੱਲੇ ਇੱਕ ਖਾੜੀ ਸੀ ਜਿਸ ਵਿੱਚ ਪਾਣੀ ਭਰਿਆ ਹੋਇਆ ਸੀ ਇਟ ਟੁੱਕ ਦ ਕਪਲ ਓਨਲੀ ਐਨ ਆਵਰ ਟੂ ਰੀਚ ਦ ਹਾਫ ਵੇ ਪੁਆਇੰਟ ਦੋਨਾਂ ਨੂੰ ਰਸਤੇ ਦੇ ਅੱਧ ਵਿੱਚ ਪਹੁੰਚਣ ਲਈ ਅੱਧਾ ਘੰਟਾ ਹੀ ਲੱਗਿਆ ਦੇ ਸਟੋਪਡ ਟੂ ਰੈਸਟ ਫੋਰ ਅ ਮਿਨਟ ਦੋਨੋਂ ਇੱਕ ਮਿੰਟ ਆਰਾਮ ਕਰਨ ਲਈ ਰੁਕ ਗਏ ਲੀਨਿੰਗ ਅਗੇਂਸਟ ਅ ਬੈਂਕ ਆਫ ਪਾਈਲਡ ਅਪ ਸਨੋ ਇੱਕ ਜਗ੍ਹਾ ਜਿੱਥੇ ਬਰਫ਼ ਦਾ ਢੇਰ ਲੱਗਿਆ ਹੋਇਆ ਸੀ ਉਸ ਜਗ੍ਹਾ ਤੇ ਉਹ ਝੁੱਕ ਕੇ ਬੈਠ ਕੇ ਦ ਸਨ ਆਊਟ ਨਾਓ ਧੁੱਪ ਨਿਕਲ ਚੁੱਕੀ ਸੀ ਹੈਡ ਵਾਰਮਡ ਦੈਮ ਉਹਨਾਂ ਨੂੰ ਨਿੱਘ ਮਿਲ ਚੁੱਕਾ ਸੀ ਐਂਡ ਬੋਥ ਵਰ ਵੇਅਰਿੰਗ ਓਨਲੀ ਸਵੈਟਰਸ ਤੇ ਹੁਣ ਦੋਨਾਂ ਨੇ ਸਿਰਫ ਸਵੈਟਰ ਹੀ ਪਾਏ ਹੋਏ ਸਨ ਦੇਅਰ ਕੋਟਸ ਟਾਈਡ ਅਰਾਊਂਡ ਦੇਅਰ ਵੇਸ ਆਪਣੇ ਕੋਟ ਉਹਨਾਂ ਨੇ ਆਪਣੀ ਕਮਰ ਦੇ ਆਸ ਪਾਸ ਬੰਨ ਲਏ ਅ ਨੀਅਰ ਬਾਏ ਵਾਟਰਫਾਲ ਗਰਗਲਡ ਵਿਦ ਨਿਊਲੀ ਮੈਲਟਡ ਸਨੋ ਨੇੜੇ ਦਾ ਝਰਨਾ ਨਵੀਂ ਨਵੀਂ ਸਨੋ ਦੇ ਪਿਘਲਣ ਕਰਕੇ ਗੜਗੜਾ ਰਿਹਾ ਸੀ ਦੇ ਡਿਪਡ ਦੇਅਰ ਹੈਂਡਸ ਇਨ ਦ ਕੋਲਡ ਵਾਟਰ ਉਹਨਾਂ ਨੇ ਆਪਣੇ ਹੱਥ ਠੰਡੇ ਪਾਣੀ ਵਿੱਚ ਡੁਬੋਏ ਐਂਡ ਪਲੇਫੁਲੀ ਸਪਲੈਸ਼ਡ ਈਚ ਅਦਰ ਅਤੇ ਖੇਡਦੇ ਹੋਏ ਇੱਕ ਦੂਜੇ ਦੇ ਪਾਣੀ ਪਾਉਣ ਲੱਗ ਪਏ ਦੈਨ ਦੇ ਸਟਾਰਟਡ ਆਫ ਅਗੇਨ ਫਿਰ ਉਹਨਾਂ ਨੇ ਦੁਬਾਰਾ ਚੱਲਣਾ ਸ਼ੁਰੂ ਕੀਤਾ ਮੈਲਕਮ ਇਨ ਦ ਲੀਡ ਮੈਲਕਮ ਅੱਗੇ ਸੀ ਫੋਰਥ ਹਿਡਨ ਡੇਂਜਰ ਛੁਪਿਆ ਹੋਇਆ ਖਤਰਾ 100 meters further along the trail. ਉਸ ਰਸਤੇ ਦੇ ਵਿੱਚ 100 meter ਅੱਗੇ ਮੈਲਕਮ ਸਟੋਪਡ ਸ਼ੋਟ ਮੈਲਕਮ ਥੋੜੀ ਦੂਰ ਆ ਕੇ ਰੁਕ ਗਿਆ ਟੂ ਬੀਅਰ ਕਬਸ ਵਰ ਪਲੇਇੰਗ ਇਨ ਦ ਕ੍ਰੀਕ ਗਲੀ ਦੋ ਛੋਟੇ ਭਾਲੂ ਦੇ ਬੱਚੇ ਉਸ ਖਾੜੀ ਵਿੱਚ ਖੇਡ ਰਹੇ ਸਨ ਖਾੜੀ ਹੁੰਦੀ ਹੈ ਦੋ ਪਹਾੜੀਆਂ ਦੇ ਵਿਚਲੀ ਜਗ੍ਹਾ ਜਿੱਥੋਂ ਦੀ ਸਮੁੰਦਰ ਦਾ ਪਾਣੀ ਨਿਕਲਦਾ ਹੈ ਅਬਾਊਟ 20 meters ਟੂ ਦੇਅਰ ਰਾਈਟ ਉਹਨਾਂ ਦੇ ਸੱਜੇ ਹੱਥ 20 ਕੁ ਮੀਟਰ ਦੀ ਦੂਰੀ ਤੇ ਸਨ ਦ ਡੇ ਬਿਫੋਰ ਇੱਕ ਦਿਨ ਪਹਿਲਾਂ ਦੇ ਹੈਡ ਸੀਨ ਅ ਮਦਰ ਗ੍ਰਿਜ਼ਲੀ ਐਂਡ ਟੂ ਕਬਸ ਉਹਨਾਂ ਨੇ ਦੋ ਭਾਲੂ ਦੇ ਬੱਚੇ ਅਤੇ ਉਹਨਾਂ ਦੀ ਮਾਂ ਨੂੰ ਦੇਖਿਆ ਸੀ ਦੇ ਹੈਡ ਸ਼ਾਊਟਡ ਭਾਲੂਆਂ ਨੂੰ ਦੇਖ ਕੇ ਮੈਲਕਮ ਅਤੇ ਬਾਬ ਚਿਲਾਏ ਐਂਡ ਵੇਵਡ ਅਤੇ ਉਹਨਾਂ ਨੇ ਆਪਣੇ ਹੱਥ ਹਿਲਾਏ ਐਂਡ ਵਾਚਡ ਥਰੂ ਬਾਇਨੋਕੂਲਰਸ ਅਤੇ ਉਹਨਾਂ ਨੇ ਆਪਣੀ ਦੂਰਬੀਨ ਤੋਂ ਉਹਨਾਂ ਨੂੰ ਦੇਖਿਆ ਐਸ ਦ ਮਦਰ ਰੀਅਰਡ ਅਪ ਐਂਡ ਰੋਡ ਐਟ ਦੈਮ ਅਤੇ ਉਹਨਾਂ ਦੀ ਮਾਂ ਉਹਨਾਂ 'ਤੇ ਗੁਰਰਾ ਰਹੀ ਸੀ That had been more funny than frightening. ਇਹ ਸਾਰਾ ਦ੍ਰਿਸ਼ ਉਹਨਾਂ ਨੂੰ ਬੜਾ ਫਨੀ ਜਿਹਾ ਲੱਗ ਰਿਹਾ ਸੀ ਤੇ ਉਹ ਇਸ ਤੋਂ ਬਿਲਕੁਲ ਵੀ ਡਰ ਨਹੀਂ ਰਹੇ ਸਨ With a safe kilometer and a half
ਆਫ ਡਿਸਟੈਂਸ ਸੈਪਰੇਟਿੰਗ ਦੈਮ ਤੇ ਦੋਨਾਂ ਦੇ ਵਿਚਕਾਰ ਤਕਰੀਬਨ 1.5 ਕਿਲੋਮੀਟਰ ਦਾ ਫਾਸਲਾ ਸੀ ਜੋ ਉਹਨਾਂ ਨੂੰ ਲੱਗ ਕਰ ਰਿਹਾ ਸੀ ਬਟ ਨਾਉ ਅ ਮਦਰ ਬੇਅਰ ਪਰਹੈਪਸ ਦ ਸੇਮ ਗ੍ਰਿਜ਼ਲੀ ਪਰ ਹੁਣ ਉਹ ਮਾਂ ਭਾਲੂ ਸ਼ਾਇਦ ਉਹੀ ਮਾਦਾ ਭਾਲੂ ਸੀ ਕੁਡ ਬੀ ਜਸਟ ਓਵਰ ਦ ਰੀਚ ਸ਼ਾਇਦ ਉਸੇ ਚਟਾਨ ਤੇ ਸੀ ਓਬਸਕਿਉਰਡ ਬਾਏ ਦ ਬੁਸ਼ਿਸ ਤੇ ਸ਼ਾਇਦ ਉਹਨਾਂ ਤੇ ਸਾਡੇ ਵਿਚਕਾਰ ਇਹ ਝਾੜੀਆਂ ਹੀ ਸਨ ਜਿਹੜੇ ਉਹਦੇ ਰਾਹ ਵਿੱਚ ਰੁਕਾਵਟ ਸਨ ਫਿਫਥ ਮੈਲਕਮ ਸਟੂਡ ਸਟਿਫਲੀ ਮੈਲਕਮ ਦ੍ਰਿੜਤਾ ਦੇ ਨਾਲ ਖੜਾ ਹੋ ਗਿਆ ਪਰਹੈਪਸ ਦੇ ਕੁਡ ਸਲਿਪ ਬਾਏ ਕੁਆਇਟਲੀ ਸ਼ਾਇਦ ਉਹਨਾਂ ਨੂੰ ਆਰਾਮ ਦੇ ਨਾਲ ਬਿਨਾਂ ਸ਼ੋਰ ਮਚਾਏ ਨਿਕਲ ਜਾਣਾ ਚਾਹੀਦਾ ਸੀ ਬਟ ਐਜ਼ ਹੀ ਲਿਫਟਡ ਹਿਜ਼ ਬੂਟ ਫੋਰ ਦਾ ਫਸਟ ਸਟੈਪ ਪਰ ਜਿੱਦਾਂ ਹੀ ਮੈਲਕਮ ਨੇ ਆਪਣਾ ਪਹਿਲਾ ਕਦਮ ਚੱਕਣ ਲਈ ਬੂਟ ਉਠਾਇਆ ਦ ਮਦਰ ਬੇਅਰ ਸਡਨਲੀ ਕੇਮ ਚਾਰਜਿੰਗ ਓਵਰ ਦਾ ਰੇਜ ਵਿਦ ਅ ਹਾਫ ਗਰੋਲ ਹਾਫ ਸਕ੍ਰੀਮ ਆਫ ਰੇਜ ਪਰ ਉਸੇ ਵੇਲੇ ਭਾਲੂ ਦੀ ਮਾਂ ਨੂੰ ਗੁੱਸਾ ਆ ਗਿਆ ਅਤੇ ਉਹ ਅਚਾਨਕ ਹੀ ਉਸ ਚਟਾਨ ਤੋਂ ਗੁੱਸੇ ਨਾਲ ਗੁਰਰਾਂਦੀ ਅਤੇ ਚੀਕਦੀ ਹੋਈ ਉਹਨਾਂ ਵੱਲ ਦੌੜ ਪਈ ਬਾਬ ਸੌ ਇਮੀਡੀਏਟਲੀ ਬਾਬ ਨੇ ਇਕਦਮ ਦੇਖਿਆ ਦੈਟ ਇਟ ਵਾਜ਼ ਅ ਗ੍ਰਿਜ਼ਲੀ ਕਿ ਇਹ ਪੂਰੇ ਰੰਗ ਦੀ ਮਾਦਾ ਭਾਲੂ ਸੀ ਦ ਸਿਲਵਰ ਟਿਪ ਫਰ ਗਲਿਸਨਡ ਇਨ ਦ ਸਨਲਾਈਟ ਉਹ ਇੰਨੀ ਨੇੜੇ ਆ ਗਈ ਸੀ ਕਿ ਉਸਦੀ ਫਰ ਯਾਨੀ ਉਸਦੀ ਜੱਤ ਧੁੱਪ ਵਿੱਚ ਉੱਪਰੋਂ ਸਿਲਵਰ ਕਲਰ ਦੇ ਨਾਲ ਚਮਕਦੀ ਪਈ ਸੀ ਐਂਡ ਦੇਅਰ ਵਾਜ਼ ਦ ਕਰੈਕਟਰਿਸਟਿਕ ਹੰਪ ਔਨ ਇਟਸ ਬੈਕ ਤੇ ਉਹਨਾਂ ਨੂੰ ਉਸਦੀ ਪਿੱਠ ਤੇ ਨਿਕਲਿਆ ਹੋਇਆ ਹੰਪ ਭਾਵ ਕੁੱਬ ਉਹ ਵੀ ਸਾਫ਼ ਦਿਖਦਾ ਪਿਆ ਸੀ ਹਾਊ ਕੈਨ ਸਮਥਿੰਗ ਦੈਟ ਹਿਊਜ ਮੂਵ ਸੋ ਫਾਸਟ ਸ਼ੀ ਥੋਟ ਬਾਬ ਨੇ ਸੋਚਿਆ ਕਿ ਕਿਸ ਤਰ੍ਹਾਂ ਐਡਾ ਕੋਈ ਵਿਸ਼ਾਲ ਪ੍ਰਾਣੀ ਇੰਨੀ ਤੇਜ਼ ਗਤੀ ਦੇ ਨਾਲ ਕਿਸੇ ਵੱਲ ਆ ਸਕਦਾ ਹੈ ਦੈਨ ਫੈਲਟ ਹਰਸੈਲਫ ਬੀਂਗ ਫਲੰਗ ਇਨਟੂ ਅ ਸਨੋ ਬੈਂਕ ਬਾਏ ਮੈਲਕਮ ਤੇ ਇੱਕਦਮ ਉਹਨੂੰ ਅਹਿਸਾਸ ਹੋਇਆ ਕਿ ਮੈਲਕਮ ਨੇ ਉਸਨੂੰ ਉਸ ਬਰਫ਼ ਦੇ ਕਿਨਾਰੇ ਜ਼ੋਰ ਦੀ ਧੱਕਾ ਦੇ ਦਿੱਤਾ ਹੈ ਸਿਕਸਥ ਮੈਲਕਮ ਸੋ ਦ ਚਾਰਜਿੰਗ ਗ੍ਰਿਜ਼ਲੀਜ਼ ਓਪਨ ਮਾਊਥ ਮੈਲਕਮ ਨੇ ਉਸ ਗੁੱਸੇ ਵਿੱਚ ਆਈ ਮਾਦਾ ਭਾਲੂ ਦਾ ਖੁੱਲਿਆ ਹੋਇਆ ਮੂੰਹ ਦੇਖਿਆ ਦ ਬੇਅਰ ਵਾਜ਼ ਡਰੋਲਿੰਗ ਫਲੈਕਸ ਓਫ ਫੋਮ ਡਰੋਲਿੰਗ ਹੁੰਦਾ ਲਾਲ ਫਲੈਕਸ ਹੁੰਦਾ ਧੱਬੇਦਾਰ ਦਾਣੇਦਾਰ ਫੋਮ ਯਾਨੀ ਚੱਕ ਐਂਡ ਮੇਕਿੰਗ ਸ਼ੋਰਟ ਗ੍ਰੰਟਿੰਗ ਸਾਊਂਡਸ ਮੈਲਕਮ ਨੇ ਦੇਖਿਆ ਕਿ ਉਸ ਮਾਦਾ ਭਾਲੂ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ ਅਤੇ ਉਹ ਛੋਟੀਆਂ ਛੋਟੀਆਂ ਗੁਰਰਾਨ ਦੀਆਂ ਆਵਾਜ਼ਾਂ ਕੱਢ ਰਹੀ ਸੀ ਅ ਸੈਕਿੰਡ ਬਿਫੋਰ ਦ ਬੀਅਰ ਵਾਜ਼ ਔਨ ਹਿਮ ਮਾਦਾ ਭਾਲੂ ਦੇ ਉਸ ਉੱਤੇ ਅਟੈਕ ਕਰਨ ਤੋਂ ਇੱਕ ਮਿੰਟ ਪਹਿਲਾਂ ਹੀ ਡਕਟ ਉਸਨੇ ਉਹ ਵਾਰ ਬਚਾ ਲਿਆ ਬਟ ਵਨ ਸਵਾਟ ਆਫ ਦ ਗ੍ਰਿਜ਼ਲੀਜ਼ ਪਾ ਨੋਕਡ ਹਿਮ ਸੈਂਸਲੈਸ ਪਰ ਭਾਲੂ ਦੇ ਪੰਜੇ ਦੇ ਇੱਕ ਹੋਰ ਪ੍ਰਹਾਰ ਨੇ ਉਸਨੂੰ ਬੇਸੁੱਧ ਕਰ ਦਿੱਤਾ ਸੈਵਨਥ ਫੋਰ ਅ ਮੋਮੈਂਟ ਹੀ ਵੈਂਟ ਬਲੈਂਕ ਇੱਕ ਪਲ ਲਈ ਉਹ ਬੇਸੁੱਧ ਹੋ ਗਿਆ ਵੈਨ ਹੀ ਰੇਜ਼ਡ ਹਿਜ਼ ਹੈਡ ਜਦੋਂ ਉਸਨੇ ਆਪਣਾ ਸਿਰ ਉਠਾਇਆ ਹੀ ਸੋ ਉਸਨੇ ਦੇਖਿਆ ਦੈਟ ਹੀ ਹੈਡ ਬੀਨ ਥਰੋਨ 3 meters ਉਹ 3 meters ਦੂਰ ਡਿੱਗਿਆ ਸੀ The grizzly had found Bob. Palu ne Bob nu lab liya. The girl was face down and motionless in the snow. Ladki apna sir chuka ke ate sathir ho ke barf vich pai si and the giant beast was standing on her leg. Ate eh vishal janwar us di lat de kol khada si gnawing near the back of her neck. ਅਤੇ ਉਸਦੀ ਗਰਦਨ ਦੇ ਪਿਛਲੇ ਪਾਸੇ ਤੋਂ ਉਸਨੂੰ ਕੱਟਣ ਲੱਗਾ ਸੀ ਮੈਲਕਮ ਡਿਡ ਨੋਟ ਹੈਜੀਟੇਟ ਮੈਲਕਮ ਜਰਾ ਜਿੰਨਾ ਵੀ ਹਿਚਕਿਚਾਇਆ ਨਹੀਂ ਦੇਰ ਵਾਜ਼ ਨੋ ਟਾਈਮ ਫੋਰ ਫੀਅਰ ਹੁਣ ਡਰਨ ਦਾ ਟਾਈਮ ਨਹੀਂ ਸੀ ਇੰਸਟਿੰਕਟਿਵਲੀ ਭਾਵ ਬਿਨਾਂ ਸੋਚੇ ਸਮਝੇ ਉਸੇ ਟਾਈਮ ਕੁਦਰਤੀ ਰੂਪ ਨਾਲ ਜੋ ਦਿਮਾਗ ਵਿੱਚ ਆਇਆ ਕਰ ਦੇਣਾ ਇੰਸਟਿੰਕਟਿਵਲੀ ਹੀ ਗ੍ਰੈਬਡ ਅ ਹੰਟਿੰਗ ਨਾਈਫ ਕੁਦਰਤੀ ਤੌਰ 'ਤੇ ਉਸਨੇ ਆਪਣਾ ਸ਼ਿਕਾਰ ਕਰਨ ਵਾਲਾ ਚਾਕੂ ਕੱਢਿਆ from his belt apni belt ton and ran towards the bear shouting ate cheekde hoye us palu de wal dodya the mother bear stood well over 2 meters oh mada palu 2 meter di duri te khadi si and probably outweighed him by 250 kilos ਤੇ ਸ਼ਾਇਦ ਉਹ ਮੈਲਕਮ ਤੋਂ 250 ਕਿਲੋ ਜ਼ਿਆਦਾ ਭਾਰੀ ਸੀ ਵੈਨ ਹੀ ਲੀਪਡ ਔਨ ਹਰ ਬੈਕ ਜਦੋਂ ਮੈਲਕਮ ਨੇ ਉਸ ਉੱਪਰ ਛਲਾਂਗ ਲਗਾਈ ਸ਼ੀ ਡਿਡਨਟ ਇਵਨ ਕਿਵਰ ਉਹ ਆਪਣੀ ਜਗ੍ਹਾ ਤੋਂ ਹਿਲੀ ਵੀ ਨਹੀਂ ਟਸ ਤੋਂ ਮਸ ਵੀ ਨਹੀਂ ਹੋਈ 8th ਮੈਲਕਮ ਕੁਡ ਹੀਅਰ ਦ ਨੋਇੰਗ ਸਾਊਂਡ ਆਫ ਟੀਥ ਅਗੇਂਸਟ ਬੋਨ ਮੈਲਕਮ ਨੂੰ ਭਾਲੂ ਦੇ ਦੰਦਾਂ ਦੁਆਰਾ ਹੱਡੀਆਂ ਨੂੰ ਚਬਾਉਣ ਦੀ ਸਾਊਂਡ ਸੁਣਾਈ ਦਿੱਤੀ crazed with anger and desperation gusse ate nirasha de vich pagal ho ke he plunged himself the knife clear up to the handle into the grizzly's neck fur usne apna chaku palu di fur wali gardan de vich handle tak kusa ditta he pulled himself higher on the thick hump back
ਉਹ ਭਾਲੂ ਦੀ ਪਿੱਠ ਦੇ ਕੁੱਬ ਤੇ ਚੜ ਗਿਆ ਐਂਡ ਸਲੈਸ਼ਡ ਹਰ ਨੈਕ ਅਤੇ ਉਸ ਨੇ ਉਸ ਦੀ ਗਰਦਨ ਤੇ ਫਿਰ ਵਾਰ ਕੀਤੇ ਵਾਰਮ ਬਲੱਡ ਸਪਰਟਡ ਉਸ ਜਾਨਵਰ ਦਾ ਗਰਮ ਖੂਨ ਬਾਹਰ ਨਿਕਲਿਆ ਦ ਗ੍ਰਿਜ਼ਲੀ ਲੈਟ ਆਊਟ ਅ ਡੈਫਨਿੰਗ ਰੋਰ ਤਾਂ ਭਾਲੂ ਬਹੁਤ ਜ਼ੋਰ ਨਾਲ ਗੁਰਰਾਇਆ ਐਂਡ ਸਨੈਪਡ ਹਰ ਹੈਡ ਬੈਕਵਰਡਸ ਤੇ ਉਸ ਨੇ ਜ਼ੋਰ ਦੇ ਨਾਲ ਆਪਣਾ ਸਿਰ ਪਿੱਛੇ ਨੂੰ ਮਾਰਿਆ ਦੈਟ ਕੁਇਕ ਉਸੇ ਵੇਲੇ ਹੈਡ ਮੋਸ਼ਨ ਸੈਂਟ ਮੈਲਕਮਸ ਨਾਈਫ ਫਲਾਇੰਗ ਐਂਡ ਬ੍ਰੋਕ ਹਿਜ਼ ਰਿਸਟ ਤੇ ਭਾਲੂ ਦੇ ਤੇਜ਼ ਸਿਰ ਹਿਲਾਉਣ ਦੇ ਨਾਲ ਮੈਲਕਮ ਦਾ ਚਾਕੂ ਉੱਡ ਗਿਆ ਤੇ ਉਹਦੇ ਨਾਲ ਉਹਦਾ ਗੁੱਟ ਟੁੱਟ ਗਿਆ ਸੋ ਬੇਅਰ ਹੱਗ ਦਾ ਮਤਲਬ ਤਾਂ ਹੁੰਦਾ ਹੈ ਜ਼ੋਰ ਦੀ ਮਿਲਣਾ ਪਰ ਕਿਉਂਕਿ ਇੱਥੇ ਲੜਾਈ ਹੋ ਰਹੀ ਹੈ ਸੋ ਇੱਥੇ ਇੱਕ ਨੈਗੇਟਿਵ ਸੈਂਸ 'ਚ ਆਇਆ ਹੈ ਨਾਓ ਦਾ ਸਨੋਰਲਿੰਗ ਗ੍ਰਿਜ਼ਲੀ ਟਰਨ ਟੂਵਰਡਸ ਮੈਲਕਮ ਹੁਣ ਗੁੱਸੇ ਨਾਲ ਗੁਰਰਾਂਦੀ ਹੋਈ ਮਾਦਾ ਭਾਲੂ ਮੈਲਕਮ ਦੇ ਵੱਲ ਮੁੜੀ ਸ਼ੀ ਗ੍ਰੈਬਡ ਹਿਮ ਵਿਦ ਬੋਥ ਪਾਸ ਉਹਨੇ ਆਪਣੇ ਦੋਨੋਂ ਪੰਜਿਆਂ ਦੇ ਨਾਲ ਉਹਨੂੰ ਜਕੜ ਲਿਆ ਐਂਡ ਸਕਵੀਜ਼ਡ ਹਿਮ ਅਗੇਂਸਟ ਹਰ ਚੈਸਟ ਅਤੇ ਉਸ ਦੀ ਛਾਤੀ ਨੂੰ ਉਹ ਦਬਾਉਣ ਲੱਗੀ ਦ ਸਮੈਲ ਆਫ ਬਲੱਡ ਐਂਡ ਬੀਅਰ ਨੌਸੀਟਿਡ ਹਿਮ ਹੁਣ ਭਾਲੂ ਅਤੇ ਭਾਲੂ ਦੇ ਬਲੱਡ ਦੀ ਸਮੈਲ ਨੇ ਉਸਨੂੰ ਚਿੜਚਿੜਾ ਬਣਾ ਦਿੱਤਾ ਸੀ ਉਸਨੂੰ ਰੋਗੀ ਬਣਾ ਦਿੱਤਾ ਸੀ ਦ ਗ੍ਰਿਜ਼ਲੀ ਸਵਾਟਰਡ ਐਟ ਹਿਮ ਭਾਲੂ ਨੇ ਉਸ ਤੇ ਤੇਜ਼ ਪ੍ਰਹਾਰ ਕੀਤਾ ਵਿਦ ਹਰ ਹਿਊਜ ਕਲੋਜ਼ ਆਪਣੇ ਵੱਡੇ ਪੰਜਿਆਂ ਦੇ ਨਾਲ ਦ ਫਸਟ ਬਲੋ ਟੁੱਕ ਆਫ ਹਿਜ਼ ਹੇਅਰ ਇਨ ਵਨ ਪੀਸ ਲਾਈਕ ਅ ਵਿਗ ਮਾਦਾ ਭਾਲੂ ਦੇ ਪਹਿਲੇ ਜ਼ੋਰਦਾਰ ਪ੍ਰਹਾਰ ਨੇ ਹੀ ਉਸ ਦੇ ਸਿਰ ਦੇ ਵਾਲ ਇੱਕ ਵਿਗ ਵਾਂਗ ਉਤਾਰ ਦਿੱਤੇ ਮੋਸਟ ਆਫ ਹਿਜ਼ ਸਕਾਲਪ ਗੋਇੰਗ ਵਿਦ ਇਟ ਤੇ ਉਸਦੀ ਖੋਪੜੀ ਦਾ ਕਾਫੀ ਹਿੱਸਾ ਉਸਦੇ ਵਾਲਾਂ ਦੇ ਨਾਲ ਹੀ ਉਸਦੇ ਸਿਰ ਤੋਂ ਲੈ ਗਿਆ ਦੈਨ ਹੀ ਵਾਜ਼ ਰੋਲਿੰਗ ਓਵਰ ਫਿਰ ਉਹ ਰੁੜਦਾ ਹੋਇਆ ਨੀਚੇ ਆਇਆ ਕਲਸਟ ਬਾਏ ਦਾ ਬੇਅਰ ਤੇ ਉਹ ਭਾਲੂ ਦੇ ਕਬਜ਼ੇ ਵਿੱਚ ਹੀ ਸੀ ਭਾਲੂ ਨੇ ਉਹਨੂੰ ਜਕੜਿਆ ਹੋਇਆ ਸੀ ਦ ਡਿਜ਼ਿੰਗ ਮੋਸ਼ਨ ਸਟੋਪਡ ਤੇਜ਼ ਗਤੀ ਨਾਲ ਨੀਚੇ ਆਉਂਦੇ ਉਸ ਜਗ੍ਹਾ ਤੇ ਰੁਕੇ ਜਿੱਥੇ ਉਸ ਖਾੜੀ ਦਾ ਤਲ ਸੀ ਭਾਵ ਹੇਠਲਾ ਭਾਗ ਸੀ ਦ ਬੇਅਰ ਰੇਕਡ ਹਿਜ਼ ਫੇਸ ਰਿਪੀਟਿਡਲੀ ਉਸ ਮਾਦਾ ਭਾਲੂ ਨੇ ਉਸ ਦੇ ਫੇਸ ਤੇ ਬਾਰ ਬਾਰ ਪੰਜੇ ਮਾਰੇ ਐਸ਼ ਹੀ ਬੈਂਟ ਟੂ ਰਿਪ ਇਨ ਟੂ ਹਿਜ਼ ਨੈਕ ਐਂਡ ਸ਼ੋਲਡਰ ਵਿਦ ਹਰ ਟੀਥ ਤੇ ਜਿੱਦਾਂ ਹੀ ਉਹ ਮਾਦਾ ਭਾਲੂ ਉਸ ਦੀ ਗਰਦਨ ਅਤੇ ਉਸਦੇ ਮੋਢਿਆਂ ਨੂੰ ਦੰਦਾਂ ਦੇ ਨਾਲ ਕੱਟਣ ਲਈ ਝੁਕੀ ਮੈਲਕਮ ਫ੍ਰੀਲੀ ਜੈਬਡ ਵਿਦ ਹਿਜ਼ ਫਿਸਟ ਐਟ ਹਰ ਸੈਂਸਿਟਿਵ ਨੋਜ਼ ਮੈਲਕਮ ਨੇ ਖੁੱਲ੍ਹ ਕੇ ਆਪਣੇ ਮੁੱਕੇ ਉਸ ਦੇ ਸੰਵੇਦਨਸ਼ੀਲ ਨੱਕ ਤੇ ਮਾਰੇ ਹਿਜ਼ ਜੈਬਸ ਹੈਡ ਨੋ ਇਫੈਕਟ ਪਰ ਉਸ ਦੇ ਮੁੱਕਿਆਂ ਦਾ ਉਸ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਸੀ ਮੈਲਕਮ ਕਲੋਜ਼ਡ ਹਿਜ਼ ਆਈਜ਼ ਮੈਲਕਮ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਇਟਸ ਆਲ ਓਵਰ ਸਭ ਕੁਝ ਖਤਮ ਹੋ ਚੁੱਕਿਆ ਸੀ ਹੀ ਥੋਟ ਉਸਨੇ ਸੋਚਿਆ ਐਂਡ ਸਟੋਪਡ ਸਟਰਗਲਿੰਗ ਤੇ ਉਸਨੇ ਜੱਦੋ ਜਹਿਦ ਕਰਨੀ ਬੰਦ ਕਰ ਦਿੱਤੀ ਇਨਕ੍ਰੈਡੀਬਲੀ ਆਲਮੋਸਟ ਐਸ ਸੂਨ ਐਸ ਹੀ ਸਟੋਪਡ ਮੂਵਿੰਗ ਅਦਭੁਤ ਤਰੀਕੇ ਨਾਲ ਜਿੱਦਾਂ ਹੀ ਉਸਨੇ ਹਿਲਣਾ ਬੰਦ ਕੀਤਾ ਦ ਗ੍ਰਿਜ਼ਲੀ ਲੈਟ ਗੋ ਤਾਂ ਮਾਦਾ ਭਾਲੂ ਉੱਥੋਂ ਚਲੇ ਗਈ ਸ਼ੀ ਸਵਾਟਰਡ ਹਿਮ ਵੰਸ ਮੋਰ ਉਸਨੇ ਇੱਕ ਵਾਰ ਫੇਰ ਉਸ ਤੇ ਤੇਜ਼ ਪ੍ਰਹਾਰ ਕੀਤਾ ਦੈਨ ਸਕ੍ਰੈਪਡ ਡਰਟ ਐਂਡ ਟਵਿਗਸ ਅਤੇ ਉਸਨੇ ਮਿੱਟੀ ਅਤੇ ਆਸ ਪਾਸ ਪਈਆਂ ਹੋਈਆਂ ਟੁੱਟੀਆਂ ਝਾੜੀਆਂ ਉਸ ਉੱਪਰ ਸੁੱਟੀਆਂ ਐਂਡ ਲੰਬਰਡ ਅਵੇ ਅਤੇ ਉੱਥੋਂ ਚਲੇ ਗਈ ਇਲੈਵਨਥ At first, Malcolm wasn't sure he was even alive. ਪਹਿਲਾਂ ਤਾਂ ਮੈਲਕਮ ਨੂੰ ਆਪਣੇ ਜ਼ਿੰਦਾ ਹੋਣ ਬਾਰੇ ਵੀ ਯਕੀਨ ਨਹੀਂ ਸੀ. He was lying half in and half out of the creek. ਉਹ ਉਸ ਪਾਣੀ ਵਾਲੀ ਜਗ੍ਹਾ ਤੇ ਅੱਧਾ ਅੰਦਰ ਸੀ ਅਤੇ ਅੱਧਾ ਬਾਹਰ ਸੀ. He felt no pain. ਉਸਨੂੰ ਕੋਈ ਪੇਨ ਉਸਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ ਸੀ ਭਾਵ ਉਸਦਾ ਨਰਵਸ ਸਿਸਟਮ ਉਸ ਵੇਲੇ ਕੰਮ ਨਹੀਂ ਕਰ ਰਿਹਾ ਸੀ ਐਕਸੈਪਟ ਥਰੋਵਿੰਗ ਇਨ ਹਿਜ਼ ਰਿਸਟ ਬਸ ਉਹਨੂੰ ਆਪਣੇ ਗੁੱਟ ਦੇ ਵਿੱਚ ਨਬਜ਼ ਦੇ ਚੱਲਣ ਦਾ ਅਹਿਸਾਸ ਹੋ ਰਿਹਾ ਸੀ Slowly, he wriggled out of the creek and called weakly, Bob, are you okay? ਹੌਲੀ ਹੌਲੀ ਉਹ ਉਸ ਕ੍ਰੀਕ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਬੜੀ ਕਮਜ਼ੋਰੀ ਦੇ ਨਾਲ ਉਸਨੇ ਆਵਾਜ਼ ਲਗਾਈ, Bob, are you okay? Bob, ਕੀ ਤੂੰ ਠੀਕ ਹੈ? 12. Bob, afraid the grizzly was still around. Bob ਨੂੰ ਡਰ ਸੀ ਕਿ ਕਿਤੇ ਉਹ ਮਾਦਾ ਭਾਲੂ ਆਸੇ ਪਾਸੇ ਹੀ ਸੀ, didn't answer. ਇਸ ਲਈ ਉਸਨੇ ਜਵਾਬ ਨਹੀਂ ਦਿੱਤਾ ਸ਼ੀ ਕ੍ਰੌਲਡ ਟੂ ਦ ਐਜ ਆਫ ਦ ਗਲੀ ਐਂਡ ਸਾ ਬਲੱਡੀ ਕਲੰਪ ਆਫ ਹੇਅਰ ਉਹ ਰੇਂਗਦੀ ਹੋਈ ਉਸ ਗਲੀ ਤੱਕ ਆਈ ਤੇ ਉਸਨੇ ਉੱਥੇ ਇੱਕ ਵਾਲਾਂ ਦਾ ਗੁੱਛਾ ਦੇਖਿਆ ਦੈਨ ਸ਼ੀ ਸੋ ਮੈਲਕਮ ਹਾਫ ਬਰਿਡ ਫਿਰ ਉਸਨੇ ਮੈਲਕਮ ਨੂੰ ਦੇਖਿਆ ਜੋ ਕਿ ਅੱਧਾ ਦੱਬਿਆ ਪਿਆ ਸੀ ਹਿਸ ਫੇਸ ਹੈਡ ਬੀਨ ਸਪਲਿਟ ਉਸਦਾ ਫੇਸ ਇੱਦਾਂ ਲੱਗ ਰਿਹਾ ਸੀ ਜਿੱਦਾਂ ਉਹ ਦੋ ਟੁਕੜਿਆਂ ਦੇ ਵਿੱਚ ਹੋਵੇ ਵਿਦ ਅ ਵਿਕਟ ਸਲੈਸ਼ ਜਿਹਦਾ ਇੱਕ ਪਾਸਾ ਬਹੁਤ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਐਂਡ ਦ ਰਾਈਟ ਸਾਈਡ ਆਫ ਇਟ ਵਾਜ਼ ਪੀਲਡ ਬੈਕ ਟੂ ਰਿਵੀਲ ਮਸਲ ਐਂਡ ਸੀਨੀਓ ਤੇ ਉਸਦੇ ਚਿਹਰੇ ਦਾ ਸੱਜਾ ਪਾਸਾ ਕਿ ਉਹਦੇ ਵਿੱਚੋਂ ਮਾਸਪੇਸ਼ੀ ਅਤੇ ਨਾੜੀ ਸਾਫ਼ ਦਿਖਣ ਲੱਗ ਪਈ ਸੀ ਐਂਡ ਅ ਨੀਅਰਲੀ ਸਵੀਅਰਡ ਆਈ ਅਤੇ ਉਸਦੀ ਅੱਖ ਤਕਰੀਬਨ ਖਰਾਬ ਹੋ ਚੁੱਕੀ ਸੀ ਸ਼ੀ ਸ਼ਾਊਟਡ ਉਹ ਚਿੱਲਾਈ ਮੈਲਕਮ ਹੋਲਡ ਔਨ ਕਿ ਮੈਲਕਮ ਰੁਕੋ ਆਈ ਐਮ ਗੋਇੰਗ ਫੋਰ ਹੈਲਪ
मैं हेल्प वास्ते जा रही हाँ। टॉसिंग हर कोट टू हिम, अपना कोट ओदे उत्ते पा के शी स्टार्टेड रनिंग टूवर्ड्स अ लॉज, ते ओ अपने लॉज जिथे ओ रहिंदी सी उत्थे मदद मंगन लई तुर पई। मेलकम ले स्टिल फॉर अ वाइल, मेलकम थोड़ी देर बिना हिले जुले रहा, ट्राइंग टू टेक स्टॉक ऑफ हिज इंजरीज, ए जानन लई कि उसनु किन्नियां सट्टां लगियां हन। His wrist wouldn't move and must be broken. उसका घुट हिल नहीं रहा सी ते जरूर टूट गया होगा। One knee cap had been torn off. ते उसके गोडे का उपरला कैप वो भी फट चुका सी। And he could not feel any front teeth with his tongue. ते वो अपनी जीभ दे नाल कोई भी अगले दंदा नू महसूस नहीं कर रहा सी, पाव दे अगले दंद टूट चुके सी। He could partially see out of one eye. वो अपनी एक अख दे नाल बहुत धुंधला देख सकता सी। बट वॉज अफ्रेड टू टर्न हिज हैड बिकॉज ही सॉ लूज फेशियल स्किन हैंगिंग डाउन, पर ओह अपना सिर घुमाण तो डरदा सी क्योंकि उन्हें डर सी कि उस दे चेहरे दी चमड़ी नीचे लमकदी पई सी। ही फेल्ट नो रिवल्शन, उसनू अपने आप नाल कोई घृणा नहीं हो रही सी कि मैं किस तरह का हुण दिखांगा, मेरी लुक केहो जी होएगी। जस्ट एन एकिंग होप दैट इट हैडंट हैपेंड, बस उसनू एक आस सी कि सारा कुछ मेरे नाल नहीं वापर चुका सी। दैट इट वॉज ऑल अ नाइटमेयर, कि यह सिर्फ एक बुरा सपना सी। वो यही सोच रहा सी कि यह एक बुरा सपना ही होवे, ये मेरे नाल सारा कुछ ना वापरिया होवे। 14 स्पोर्टिंग हिज हैवरसैक अप टूवर्ड द ट्रेल, सो उसको एक बैग सी जो कि उसने अपने मोढ़ियां ते लटकाया होया सी, ते वो किते गिर गया सी। ही डिटरमाइंड टू रीच इट, ਉਹ ਇਸ ਤੱਕ ਪਹੁੰਚਣ ਲਈ ਉਸਨੇ ਇਰਾਦਾ ਕੀਤਾ ਹੋਇਆ ਸੀ। ਐਂਡ ਯੂਜ਼ ਇਟ ਐਜ਼ ਅ ਬੈਂਡੇਜ, ਤੇ ਉਹ ਇਸ ਨੂੰ ਇੱਕ ਪੱਟੀ ਦੀ ਤਰ੍ਹਾਂ ਵਰਤਣਾ ਚਾਹੁੰਦਾ ਸੀ। ਟੀਡੀਅਸਲੀ ਹੀ ਡਰੈਗਡ ਹਿਮਸੈਲਫ ਅਪ ਬੈਕਵਰਡ, ਕਾਵਟ ਦੇ ਨਾਲ ਉਸਨੇ ਆਪਣੇ ਆਪ ਨੂੰ ਪਿੱਛੇ ਵੱਲ ਨੂੰ ਧਕੇਲਿਆ। ਹਿਜ਼ ਵਨ ਗੁੱਡ ਆਈ ਕੈਪਟ ਸਟਿਕਿੰਗ ਸ਼ਟ, ਉਸਦੀ ਇੱਕ ਠੀਕ ਅੱਖ ਬਾਰ ਬਾਰ ਚਿਪਕ ਰਹੀ ਸੀ ਅਤੇ ਬੰਦ ਹੋ ਰਹੀ ਸੀ। ਐਂਡ ਪੀਰੀਓਡਿਕਲੀ ਅਤੇ ਸਮੇਂ ਸਮੇਂ ਤੇ ਹੀ ਵੁੱਡ ਹੈਵ ਟੂ ਸਟੋਪ, ਉਸਨੂੰ ਰੁਕਣਾ ਪੈਂਦਾ ਸੀ। ਐਂਡ ਓਪਨ ਇਟ, ਅਤੇ ਇਸਨੂੰ ਖੋਲ੍ਹਣਾ ਪੈਂਦਾ ਸੀ ਵਿਦ ਹਿਜ਼ ਗੁੱਡ ਹੈਂਡ, ਆਪਣੇ ਇੱਕ ਠੀਕ ਹੱਥ ਦੇ ਨਾਲ। ਫਾਈਨਲੀ ਹੀ ਰੀਚ ਦਾ ਹੈਵਰ ਸੈਕ ਐਂਡ ਲੇ ਬੈਕ, ਅਖੀਰ ਉਸ ਝੋਲੇ ਕੋਲ ਪਹੁੰਚ ਗਿਆ ਐਂਡ ਲੇਟ ਗਿਆ। ਫਿਜ਼ੀਕਲੀ ਡਰੇਨਡ ਫਰੋਮ ਦ ਐਗਜ਼ਰਸ਼ਨ, ਸਰੀਰਕ ਤੌਰ ਤੇ ਉਹ ਇਸ ਮਿਹਨਤ ਦੇ ਨਾਲ ਥੱਕ ਚੁੱਕਾ ਸੀ। ਹੀ ਪ੍ਰੇਡ, ਉਸਨੇ ਅਰਦਾਸ ਕੀਤੀ। ਐਂਡ ਵੰਡਰਡ ਵੈਦਰ ਹੀ ਵੁੱਡ ਲਿਵ ਐਂਡ ਵਟ ਹੀ ਵੁੱਡ ਲੁੱਕ ਲਾਈਕ ਇਫ ਹੀ ਡਿਡ, ਤੇ ਉਹ ਅਜੀਬ ਜਿਹੀ ਚਿੰਤਾ ਵਿੱਚ ਸੀ ਕਿ ਕੀ ਉਹ ਜ਼ਿੰਦਾ ਵੀ ਬਚੇਗਾ ਕਿ ਨਹੀਂ, ਅਤੇ ਜੇ ਜ਼ਿੰਦਾ ਬਚ ਗਿਆ ਤੇ ਉਹ ਕਿਸ ਤਰ੍ਹਾਂ ਦਾ ਦਿਖੇਗਾ। 15th ਲੌਂਗ ਰੋਡ ਬੈਕ, ਇੱਕ ਲੰਬੀ ਸੜਕ ਵਾਪਸ ਜਾਣਾ ਸੀ। ਮੀਨਵਾਈਲ ਨਾਲ ਨਾਲ ਬਾਬ, ਹਰ ਆਰਮ ਸਲੈਸ਼ਡ ਐਂਡ ਹਰ ਹੇਅਰ ਫਲੈਕਟ ਵਿਦ ਬਲੱਡ, ਬਾਬ ਜਿਸਦੇ ਬਾਂਹ ਤੇ ਵੀ ਕੱਟ ਦੇ ਨਿਸ਼ਾਨ ਸਨ ਤੇ ਜਿਸਦੇ ਵਾਲ ਵੀ ਖੂਨ ਦੇ ਨਾਲ ਭਰੇ ਹੋਏ ਸਨ, ਹੈਡ ਰਨ ਅਲੋਂਗ ਦ ਵਿੰਡਿੰਗ ਟ੍ਰੇਲ ਟੂ ਦ ਲੌਜ, ਤੇ ਉਸਨੂੰ ਉਸ ਲੌਜ ਤੱਕ ਠੰਡੀ ਹਵਾ ਵਾਲਾ ਰਸਤਾ ਭੱਜ ਕੇ ਪਾਰ ਕਰਨਾ ਪਿਆ। ਸਟ੍ਰੈਗਲਿੰਗ ਇਨ ਟੂ ਦ ਲੌਬੀ ਸ਼ੀ ਕ੍ਰਾਈਡ, ਲੜਖੜਾਉਂਦੇ ਹੋਏ ਉਹ ਲੌਬੀ ਦੇ ਵਿੱਚ ਐਂਟਰ ਕੀਤੀ ਅਤੇ ਉਹ ਚਿਲਾਈ, ਅ ਗ੍ਰਿਜ਼ਲੀ ਗੋਟ ਮੈਲਕਮ, ਕਿ ਮੈਲਕਮ ਤੇ ਗ੍ਰਿਜ਼ਲੀ ਦਾ ਆਮਣਾ ਸਾਹਮਣਾ ਹੋਇਆ ਹੈ। ਹੀ ਕੈਨੋਟ ਵਾਕ, ਉਹ ਤੁਰ ਨਹੀਂ ਸਕਦਾ, ਹੈਲਪ, ਮਦਦ ਕਰੋ। ਐਂਡ ਦੈਨ ਸ਼ੀ ਬਰਸਟ ਇਨ ਟੂ ਸੋਬਸ, ਅਤੇ ਫਿਰ ਉਹ ਧਾਹਾਂ ਮਾਰ ਕੇ ਸਿਸਕੀਆਂ ਭਰ ਕੇ ਰੋਣ ਲੱਗ ਪਈ। People appeared from nowhere, wardens, fellows workers, lodge guests, ਲੋਕ ਹਰ ਜਗ੍ਹਾ ਤੋਂ ਆਉਣੇ ਸ਼ੁਰੂ ਹੋ ਗਏ। ਵਾਰਡਨਸ ਆ ਗਏ, ਉਸਦੇ ਸਾਥੀ ਕਰਮਚਾਰੀ ਆ ਗਏ, ਤੇ ਲੋਜ ਦੇ ਜੋ ਗੈਸਟ ਸੀ ਉਹ ਵੀ ਉੱਥੇ ਆ ਗਏ। 16th ਦ ਫਸਟ ਦੈਟ ਮੈਲਕਮ ਹਰਡ ਆਫ ਹਿਜ਼ ਰੈਸਕਿਊਅਰਸ ਵਾਜ ਦਾ ਸਟੈਟਿਕ ਆਫ ਅ ਵਾਕੀ ਟੋਕੀ, ਮੈਲਕਮ ਦੀ ਜਾਨ ਬਚਾਉਣ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਉਸਦਾ ਵਾਕੀ ਟੋਕੀ ਸੀ। ਹੀ ਹੈਡ ਸੈਟ ਪ੍ਰੋਪਡ, ਉਹ ਟੇਕ ਲਗਾ ਕੇ ਬੈਠਾ ਹੋਇਆ ਸੀ ਅਗੇਂਸਟ ਅ ਸਟੰਪ, ਇੱਕ ਦਰਖਤ ਦੇ ਤਣੇ ਦੇ ਨਾਲ, ਫੋਰ ਐਨ ਆਵਰ ਐਂਡ ਅ ਹਾਫ, ਡੇਢ ਘੰਟੇ ਤੱਕ। ਐਂਡ ਵਾਜ ਸਟਿਲ ਕੌਨਸ਼ੀਅਸ, ਅਤੇ ਅਜੇ ਉਹ ਚੇਤਨ ਅਵਸਥਾ ਵਿੱਚ ਹੀ ਸੀ। ਵਾਰਡਨ ਗੋਡੀ ਪੈਟੋ, ਮੈਲਕਮਸ ਗੁੱਡ ਫਰੈਂਡ, ਵਾਰਡਨ ਗੋਡੀ ਪੈਟੋ ਜੋ ਕਿ ਮੈਲਕਮ ਦਾ ਇੱਕ ਅੱਛਾ ਮਿੱਤਰ ਸੀ, ਰੈਨ ਟੂ ਹੀ ਮੁਸਕੁਲ ਭੱਜਿਆ ਆਇਆ। ਵੈਲ ਪੈਲ, ਹੀ ਸੈਡ, ਉਸਨੇ ਕਿਹਾ, ਅੱਛਾ ਪੈਲ, ਆਈ ਆਲਵੇਜ਼ ਐਂਡ ਅਪ ਲੁਕਿੰਗ ਆਫਟਰ ਯੂ, ਕਿ ਮੈਂ ਹਮੇਸ਼ਾ ਤੈਨੂੰ ਲੱਭਦਾ ਹੋਇਆ ਤੇਰੇ ਤੱਕ ਪਹੁੰਚ ਹੀ ਜਾਂਦਾ ਹਾਂ। ਹਾਓ ਯੂ ਡੂਇੰਗ ਮੈਨ, ਤੇਰਾ ਕੀ ਹਾਲ ਚਾਲ ਹੈ। ਸੋ ਉਹਨੇ ਮਜ਼ਾਕ ਦੇ ਵਿੱਚ ਉਸਨੂੰ ਚੀਅਰ ਅਪ ਕਰਨ ਲਈ ਇਹ ਗੱਲਾਂ ਕਹੀਆਂ। 17th ਆਮ ਓਕੇ ਬਟ ਕਾਇੰਡ ਆਫ ਹੰਗਰੀ, ਮੈਂ ਠੀਕ ਹਾਂ ਪਰ ਇੱਕ ਤਰ੍ਹਾਂ ਨਾਲ ਭੁੱਖਾ ਹਾਂ, ਮੈਲਕਮ ਰਿਪਲਾਈਡ ਗੇਮਲੀ। ਮੈਲਕਮ ਨੇ ਵੀ ਉਸੇ ਹੀ ਤਰੀਕੇ ਨਾਲ, ਭਾਵ ਇੱਕ ਗੇਮ ਦੀ ਤਰ੍ਹਾਂ ਕਿ ਜਿੱਦਾਂ ਤੂੰ ਮਜ਼ਾਕ ਕੀਤਾ ਅਤੇ ਹੁਣ ਮੇਰੀ ਵਾਰੀ, ਉਸ ਤਰੀਕੇ ਨਾਲ ਉਹਨੇ ਜਵਾਬ ਦਿੱਤਾ। ਗੈਸ ਆਈ ਰੀਅਲੀ ਡਿਡ ਇਟ ਦਿਸ ਟਾਈਮ ਗੌਡੀ, ਤੂੰ ਅੰਦਾਜ਼ਾ ਲਗਾ, ਮੈਂ ਸੱਚੀ ਇਸ ਬਾਰੇ ਕੀਤਾ ਹੈ ਗੌਡੀ। ਆਈ ਥਿੰਕ ਮਾਈ ਰਿਸਟ ਇਜ਼ ਬਰੋਕਨ, ਮੈਨੂੰ ਲੱਗਦਾ ਹੈ ਮੇਰਾ ਗੁੱਟ ਟੁੱਟ ਗਿਆ ਹੈ,
ਗੋਡੀ ਸਕਟ ਇਨ ਹਿਸ ਬ੍ਰੈਥ। ਗੋਡੀ ਦਾ ਸਾਹ ਇਹ ਸੁਣ ਕੇ ਰੁਕ ਗਿਆ। ਹੀ ਸੋ ਬਲੱਡਲੈਸ ਵਾਈਟ ਹੈਡ, ਉਸਨੇ ਖੂਨ ਤੋਂ ਵਿਹੂਣਾ ਚਿੱਟਾ ਸਿਰ ਦੇਖਿਆ। The bear swipe had cleanly lifted off the scalp and blood vessels. ਭਾਲੂ ਦੇ ਪ੍ਰਹਾਰ ਨੇ ਸਾਫ਼ ਤੌਰ 'ਤੇ ਹੀ ਉਸਦੀ ਖੋਪੜੀ ਅਤੇ ਲਹੂ ਧਮਣੀਆਂ ਉਖਾੜ ਦਿੱਤੀਆਂ ਸਨ। Exposing a layer of tissues next to the skull. ਤੇ ਖੋਪੜੀ ਦੇ ਉੱਪਰੋਂ ਦੀ ਤੰਤੂਆਂ ਦੀ ਪਰਤ ਸਾਫ਼ ਦਿਖਦੀ ਪਈ ਸੀ। 18th. Ned Claw, a first aid attendant. Ned Claw, ਜੋ ਕਿ ਇੱਕ ਮੁੱਢਲੀ ਸਹਾਇਤਾ ਦੇਣ ਵਾਲਾ ਸੀ, wrapped Malcolm's face and the chewed gashes on his legs in gauze. ਉਸਨੇ ਮੈਲਕਮ ਦਾ ਫੇਸ ਟਕਿਆ ਅਤੇ ਉਸ ਦੀਆਂ ਲੱਤਾਂ 'ਤੇ ਵੀ ਜੋ ਫੱਟ ਆਏ ਹੋਏ ਸੀ, ਜ਼ਖਮ ਆਏ ਹੋਏ ਸੀ, ਉਸ 'ਤੇ ਵੀ ਪੱਟੀ ਕੀਤੀ। Then strapped him in a stretcher. ਉਸਨੂੰ ਇੱਕ ਸਟ੍ਰੈਚਰ 'ਤੇ ਲਿਟਾ ਦਿੱਤਾ। They radioed for a rescue helicopter to pick him up. ਉਹਨੇ ਇੱਕ ਰੈਸਕਿਊ ਹੈਲੀਕਾਪਟਰ ਨੂੰ ਰੇਡੀਓ ਰਾਹੀਂ ਸੰਦੇਸ਼ ਭੇਜੇ ਤਾਂ ਕਿ ਉਹ ਇਸਨੂੰ ਚੁੱਕ ਕੇ ਰੈਵਲਸਟੋਕ ਦੇ ਕੁਈਨ ਵਿਕਟੋਰੀਆ ਹੋਸਪਿਟਲ ਲੈ ਕੇ ਜਾ ਸਕੇ। ਸਰਜਰੀ ਬਿਗੈਨ ਵਿਦ ਅ 7-hour ਐਮਰਜੈਂਸੀ ਆਪਰੇਸ਼ਨ। ਸਰਜਰੀ 7 ਘੰਟੇ ਦੇ ਆਪਾਤਕਾਲੀਨ ਆਪਰੇਸ਼ਨ ਦੇ ਨਾਲ ਸ਼ੁਰੂ ਹੋ ਗਈ। ਦ ਸਰਜੀਅਨ ਪੁੱਟ ਇਨ ਮੋਰ ਦੈਨ 1000 ਸਟਿਚਿਸ। ਸਰਜੀਅਨ ਨੂੰ ਉਸ 'ਤੇ 1000 ਤੋਂ ਵੱਧ ਟਾਂਕੇ ਲਗਾਉਣੇ ਪਏ। ਰਿਸਟੋਰਿੰਗ ਮੈਲਕਮਸ ਫੇਸ ਵਾਜ਼ ਲਾਈਕ ਪੁਟਿੰਗ ਅ ਜਿਗਸਾਅ ਪਜ਼ਲ ਟੁਗੈਦਰ। ਮੈਲਕਮ ਦਾ ਫੇਸ ਦੁਬਾਰਾ ਉਸੇ ਤਰ੍ਹਾਂ ਦਾ ਬਣਾਉਣਾ ਇਹ ਜਿਗਸਾਅ ਪਜ਼ਲ ਦੇ ਟੁਕੜਿਆਂ ਨੂੰ ਦੁਬਾਰਾ ਇਕੱਠਾ ਕਰਕੇ ਬਣਾਉਣ ਦੇ ਬਰਾਬਰ ਸੀ। One attending doctor later said. Othe maujood ek doctor ne keha. Malcolm was then moved to a hospital in his hometown Edmonton. Malcolm nu usde hometown Edmonton de hospital vich shift kar ditta gaya. He remembered little of the first weeks. Operation to baad pehle kuch hafte da usnu bahut ghat yaad si. He was under heavy sedation. ਉਸ ਨੂੰ ਬਹੁਤ ਸਾਰੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਸੀ ਜਿਹਦੇ ਕਰਕੇ ਉਹ ਜ਼ਿਆਦਾ ਅਚੇਤ ਅਵਸਥਾ ਵਿੱਚ ਹੀ ਰਹਿੰਦਾ ਸੀ। ਐਂਡ ਹਿਜ਼ ਮਾਈਂਡ ਵਾਂਡਰਡ ਐਂਡਲੈਸਲੀ, ਅਤੇ ਉਸਦਾ ਮਨ ਲਗਾਤਾਰ ਇੱਧਰ ਉੱਧਰ ਭਟਕਦਾ ਰਹਿੰਦਾ, ਘੁੰਮਦਾ ਰਹਿੰਦਾ, ਡ੍ਰਿਫਟਿੰਗ ਬਿਟਵੀਨ ਡ੍ਰੀਮਸ ਐਂਡ ਸੈਮੀ ਕੌਨਸ਼ੀਅਸਨੈਸ। ਕਦੀ ਉਹ ਖਾਬਾਂ ਖਿਆਲਾਂ ਵਿੱਚ ਹੁੰਦਾ ਅਤੇ ਕਦੀ ਉਹ ਅਰਧ ਸੁਚੇਤ ਹਾਲਤ ਵਿੱਚ ਹੁੰਦਾ। ਹੀ ਅੰਡਰਵੈਂਟ 41 ਸਕਿਨ ਗ੍ਰਾਫਟ ਓਪਰੇਸ਼ਨਸ, ਅਤੇ ਉਸਨੂੰ ਸਕਿਨ ਦੇ 41 ਓਪਰੇਸ਼ਨਾਂ 'ਚੋਂ ਗੁਜ਼ਰਨਾ ਪਿਆ। 21st. ਇਨ ਟਾਈਮ Life began to look up. ਹੌਲੀ ਹੌਲੀ ਉਸਨੂੰ ਜ਼ਿੰਦਗੀ ਦੇ ਵਿੱਚ ਆਸ ਨਜ਼ਰ ਆਉਣ ਲੱਗ ਪਈ। ਡਾਕਟਰ ਐਸ਼ਿਓਰਡ ਮੈਲਕਮ ਦੈਟ ਹੀ ਵੁੱਡ ਸੂਨ ਲੁੱਕ ਫਾਈਨ। ਡਾਕਟਰ ਨੇ ਮੈਲਕਮ ਨੂੰ ਭਰੋਸਾ ਦਵਾਇਆ ਕਿ ਉਹ ਜਲਦੀ ਹੀ ਚੰਗਾ ਦਿਸਣ ਲੱਗ ਜਾਏਗਾ। ਆਫਟਰ ਦਾ ਗ੍ਰਾਫਟਸ ਵਰ ਫਿਨਿਸ਼ਡ, ਕਿ ਉਹ ਕਦੋਂ ਠੀਕ ਹੋਏਗਾ, ਜਦੋਂ ਇਹ ਸਾਰਾ ਸਕਿਨ ਲਗਾਉਣ ਦਾ ਕੰਮ ਖਤਮ ਹੋ ਜਾਏਗਾ। ਐਂਡ ਦਾ ਰੋਜ਼ ਆਫ ਗੌਜ਼ ਕੇਮ ਆਫ, ਅਤੇ ਇਹ ਸਾਰੀਆਂ ਪੱਟੀਆਂ ਲੈ ਜਾਣਗੀਆਂ, ਉਦੋਂ ਠੀਕ ਦਿਸਣ ਲੱਗ ਜਾਏਗਾ। ਬਟ ਵਨ ਡੇ ਕਲੋਜ਼ ਟੂ ਕ੍ਰਿਸਮਸ, ਪਰ ਇੱਕ ਦਿਨ ਕ੍ਰਿਸਮਸ ਦੇ ਨੇੜੇ, ਵੈਨ ਦਾ ਨਰਸ ਵਾਜ ਚੇਂਜਿੰਗ ਹਿਸ ਬੈਂਡੇਜਿਸ, ਜਦੋਂ ਨਰਸ ਉਸ ਦੀਆਂ ਪੱਟੀਆਂ ਬਦਲ ਰਹੀ ਸੀ। ਐਂਡ ਵਾਜ ਕਾਲਡ ਅਵੇ ਮੋਮੈਂਟਰਲੀ, ਅਤੇ ਉਸ ਵੇਲੇ ਨਰਸ ਨੂੰ ਕੁਝ ਕੁ ਪਲ ਲਈ ਡਾਕਟਰ ਵੱਲੋਂ ਬੁਲਾ ਲਿਆ ਗਿਆ। ਮੈਲਕਮ ਐਜਡ ਓਵਰ ਟੂ ਦਾ ਬਾਥਰੂਮ ਮਿਰਰ ਫੋਰ ਦਾ ਫਸਟ ਲੁੱਕ ਐਟ ਹਿਮਸੈਲਫ, ਤਾਂ ਉਸਨੇ ਬਾਥਰੂਮ ਦੇ ਮਿਰਰ ਕੋਲ ਜਾ ਕੇ ਆਪਣੇ ਆਪ ਉੱਤੇ ਪਹਿਲੀ ਝਾਤ ਮਾਰੀ। It almost made him sick. Isne lagbhag usnu dra hi ditta si. The doctors had tried to repair the damage by constructing a nose from arm muscle. Doctor is nuksan di repair karan layi baan de muscles ton nak da nirman kar rahe san, and by grafting skin from leg across his face, te us di lat ton chamdi laake us de face te laga rahe san. He had no hair. ਉਸਦੇ ਕੋਈ ਵਾਲ ਨਹੀਂ ਸਨ। ਐਂਡ ਥਿਕ ਸਕਾਰਸ, ਅਤੇ ਵੱਡੇ ਜ਼ਖਮ ਕ੍ਰਿਸ ਕਰੋਸਡ ਵਨ ਸਾਈਡ ਆਫ ਹਿਸ ਫੇਸ, ਉਸਦੇ ਚਿਹਰੇ 'ਤੇ ਕ੍ਰਿਸ ਕਰੋਸ ਵਾਂਗ ਸੀ, ਭਾਵ ਜਿਗਸਾਅ ਪਜ਼ਲ ਵਾਂਗ ਦਿਖ ਰਹੇ ਸਨ। ਦ ਸਕਿਨ ਵਾਜ਼ ਸਟਿਲ ਪਫੀ, ਉਸਦੀ ਸਕਿਨ ਹਜੇ ਵੀ ਫੁੱਲੀ ਹੋਈ ਸੀ। ਐਂਡ ਐਨ ਅਗਲੀ ਸ਼ਾਈਨੀ ਰੈੱਡ, ਅਤੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਓਪਰੇਸ਼ਨ ਹੋਏ ਸੀ, ਅਤੇ ਉਹ ਕਾਫੀ ਚਮਕਦਾਰ ਲਾਲ ਰੰਗ ਦੀ ਸੀ, ਅਤੇ ਉਹ ਬਦਸੂਰਤ ਲੱਗ ਰਹੀ ਸੀ। 22nd. ਦੈਟ ਵਨ ਇੰਸੀਡੈਂਟ ਸਟਾਰਟਡ ਅ ਰਿਜੈਕਸ਼ਨ ਪੀਰੀਅਡ ਲਾਸਟਿੰਗ ਵੀਕਸ। ਜਦੋਂ ਉਸਦਾ ਉਪਚਾਰ ਖਤਮ ਹੋਣ ਵਾਲਾ ਸੀ ਤਾਂ ਉਹਨਾਂ ਆਖਰੀ ਹਫ਼ਤਿਆਂ ਦੇ ਵਿੱਚ ਉਸਦਾ ਰਿਜੈਕਸ਼ਨ ਪੀਰੀਅਡ, ਭਾਵ ਕਿਸੇ ਨੂੰ ਮਿਲਣ ਤੋਂ ਨਾ ਕਰਨ ਦਾ ਸਮਾਂ, ਉਸਨੇ ਸ਼ੁਰੂ ਕਰ ਲਿਆ ਸੀ। ਮੈਲਕਮ ਰਿਫਿਊਜ਼ਡ ਟੂ ਸੀ ਪੇਰੈਂਟਸ ਔਰ ਫਰੈਂਡਸ। ਮੈਲਕਮ ਨੇ ਮਾਤਾ ਪਿਤਾ ਨਾਲ ਅਤੇ ਆਪਣੇ ਦੋਸਤਾਂ ਦੇ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਹੇਟਿੰਗ ਦ ਵਰਲਡ ਐਂਡ ਹਿਮਸੈਲਫ, ਉਸਨੇ ਇਸ ਦੁਨੀਆਂ ਨੂੰ ਅਤੇ ਆਪਣੇ ਆਪ ਨੂੰ ਨਫ਼ਰਤ ਕਰਨਾ ਸ਼ੁਰੂ ਕਰ ਦਿੱਤਾ। ਹੀ ਕੁਡ ਨਾਟ ਬੀਅਰ ਦ ਥੌਟ ਆਫ ਪੀਪਲਸ ਸਟੇਅਰਸ, ਉਹ ਲੋਕਾਂ ਦੀ ਦੇਖਣੀ ਦੇ ਨਾਲ ਜੁੜੇ ਹੋਏ ਵਿਚਾਰ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਹੀ ਇਗਨੋਰਡ ਦ ਗਰੋਇੰਗ ਸਟੈਕ ਆਫ ਲੈਟਰਸ ਫਰੋਮ ਬਾਬ, ਉਹ ਹੁਣ ਬਾਬ ਵੱਲੋਂ ਆਉਣ ਵਾਲੇ ਇੰਨੇ ਸਾਰੇ ਲੈਟਰਸ ਨੂੰ ਵੀ ਇਗਨੋਰ ਕਰਨ ਲੱਗ ਪਿਆ। ਹਾਊ ਕੁਡ ਐਨੀਵਨ ਲਵ ਅ ਫ੍ਰੀਕ, ਕਿ ਕੋਈ ਕਿਸੇ ਇੰਨੇ ਅਜੀਬ ਆਦਮੀ ਨਾਲ ਕਿਸ ਤਰ੍ਹਾਂ ਪਿਆਰ ਕਰ ਸਕਦਾ ਹੈ। 23rd.
But Bob wouldn't give up. पर बाब ने हौसला नहीं छड़िया. She wrote to Malcolm faithfully. उसने वफादारी दे नाल मेलकम नू लिखना शुरू किया. 5 to 7 letters a week. ओह एक हफ्ते च 5 to 7 letters लिख लेंदी सी. Even though he never responded. भावे उसका बिल्कुल जवाब नहीं देंदा सी. Malcolm's friend who knew Bob wrote to her about his self-pity. Malcolm de mitr jo ke Bob nu jande si oh Malcolm di apni tarsyog halat bare usnu dasde si ki oh kis tarah apne aap nu dekh ke dukh mehsoos karda hai. He simply can't believe you care about him looking the way he does, they told her. Unna lokan ne Bob nu dassya ki Malcolm sochda hai ki oh sare log usdi parwah nahi karange je unna ne usnu us halat vich dekh liya. 24th. One day, shortly after his Christmas time despondency, Bob surprised Malcolm by walking into his hospital room after a journey of 1,250 kilometers. Bob ne 1250 kilometer di yatra karan to baad hospital vich pahunch ke Malcolm nu surprise ditta. The two spent long hours together. Dono ne bahut samay ikatthe bitaya talking across the barriers of bandages. Te unna diyan sariyan gallan inna pattiyan diyan rokaan to bahut agge diyan si. Bob us nu nahi jitaya gaya ਕਿ ਤੈਨੂੰ ਸੱਟਾਂ ਲੱਗੀਆਂ ਹੋਈਆਂ ਹਨ ਤੇ ਤੂੰ ਕਰੂਪ ਹੋ ਗਿਆ ਹੈ ਤੇ ਤੂੰ ਬਿਮਾਰ ਹੈ. ਮੈਲਕਮ ਵਾਸ ਸਟਬੋਨਲੀ ਅਲੂਫ. ਮੈਲਕਮ ਆਪਣੀ ਹੀ ਬੇਵਕੂਫੀ ਨਾਲ ਇੰਨੇ ਦੇਰ ਉਹ ਇਕੱਲਾ ਸੀ. ਬਟ ਹਰ ਪ੍ਰੈਜ਼ੈਂਸ ਫੋਰਸਡ ਹਿਮ ਟੂ ਰੈਮਿਨਿਸ ਅਬਾਊਟ ਦ ਗੁੱਡ ਟਾਈਮਸ ਹੀ ਹੈਡ ਸ਼ੇਅਰਡ ਵਿਦ ਹਰ. ਪਰ ਬਾਬ ਦੀ ਮੌਜੂਦਗੀ ਨੇ ਉਸ ਨੂੰ ਉਹ ਪੁਰਾਣਾ ਚੰਗਾ ਵੇਲਾ ਜਿਹੜਾ ਕਿ ਉਸਨੇ ਉਹਦੇ ਨਾਲ ਬਿਤਾਇਆ ਸੀ ਉਹ ਯਾਦ ਆ ਗਿਆ. ਪਰਹੈਪਸ ਹੀ ਡਜ਼ ਲਵ ਮੀ. ਸ਼ਾਇਦ ਉਹ ਮੈਨੂੰ ਪਿਆਰ ਕਰਦੀ ਹੈ. ਹੀ ਥੋਟ ਉਸਨੇ ਸੋਚਿਆ. ਆਫਟਰ ਆਲ ਆਈ ਐਮ ਦ ਸੇਮ ਪਰਸਨ ਸ਼ੀ ਸੈਡ ਸ਼ੀ ਲਵਡ ਲਾਸਟ ਸਮਰ. ਤਾਂ ਕੀ ਹੋਇਆ, ਮੈਂ ਤਾਂ ਉਹੀ ਬੰਦਾ ਹਾਂ ਜਿਸ ਨੂੰ ਉਸਨੇ ਪਿਛਲੀਆਂ ਗਰਮੀਆਂ ਕਿਹਾ ਸੀ ਕਿ ਉਸਨੂੰ ਪਿਆਰ ਕਰਦੀ ਸੀ. ਵਟ ਐਵਰ ਡਾਊਟਸ ਮੈਲਕਮ ਹੈਡ ਵਰ ਡਿਸਪੈਲਡ ਇਨ ਜਨਵਰੀ ਵਨ ਹੀ ਰਿਸੀਵਡ ਅ ਮੈਰਿਜ ਪ੍ਰਪੋਜ਼ਲ ਇਨ ਦ ਮੇਲ. ਜੋ ਕੁਝ ਵੀ ਮੈਲਕਮ ਦੇ ਸ਼ੱਕ ਸ਼ੁਬਾ ਸਨ ਉਹ ਜਨਵਰੀ ਦੇ ਵਿੱਚ ਸਭ ਡਿਸਪੈਲ ਹੋ ਗਏ, ਅਲੋਪ ਹੋ ਗਏ ਜਦੋਂ ਉਸਨੂੰ ਡਾਕ ਰਾਹੀਂ ਬਾਬ ਵੱਲੋਂ ਮੈਰਿਜ ਦਾ ਪ੍ਰਪੋਜ਼ਲ ਮਿਲਿਆ. ਇਟਸ ਅ ਲੀਪ ਈਅਰ, ਇਹ ਲੀਪ ਦਾ ਸਾਲ ਹੈ, ਬਾਬ ਐਕਸਪਲੇਨਡ ਡਿਮਿਓਰਲੀ. ਤੇ ਬਾਬ ਨੇ ਬੜੇ ਸੋਬਰ ਜਿਹੇ ਤਰੀਕੇ ਨਾਲ ਬੜੇ ਨਿਰਮਾਣਤਾ ਦੇ ਨਾਲ ਕਿਹਾ ਕਿ ਇਹ ਲੀਪ ਈਅਰ ਹੈ. 26th. ਹਰ ਪਰਸਿਸਟੈਂਸ ਬਿਗੈਨ ਟੂ ਪੇ ਆਫ. ਉਸ ਦੀਆਂ ਲਗਾਤਾਰ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਹੁਣ ਕੰਮ ਆ ਰਹੀਆਂ ਸਨ. ਭਾਵ ਉਸ ਦਾ ਉਸਨੂੰ ਰਿਜ਼ਲਟ ਮਿਲ ਰਿਹਾ ਸੀ. ਦੋ ਮੈਲਕਮ ਵੁੱਡ ਨੋਟ ਆਂਸਰ ਹਰ ਪ੍ਰਪੋਜ਼ਲ. ਭਾਵੇਂ ਮੈਲਕਮ ਨੇ ਉਸਦੇ ਪ੍ਰਪੋਜ਼ਲ ਦਾ ਆਂਸਰ ਨਹੀਂ ਕੀਤਾ, ਹੀ ਡਿਡ ਪ੍ਰੋਮਿਸ ਟੂ ਵਿਜ਼ਿਟ ਹਰ. ਉਸਨੇ ਵਾਅਦਾ ਕੀਤਾ ਕਿ ਉਹ ਉਸ ਕੋਲ ਆਏਗਾ. ਇਨ ਫੈਬਰੁਅਰੀ 1972, 1972 ਫਰਵਰੀ ਵਿੱਚ, 5 months ਆਫਟਰ ਦ ਐਕਸੀਡੈਂਟ, ਦੁਰਘਟਨਾ ਤੋਂ 5 ਮਹੀਨੇ ਬਾਅਦ, ਐਨ ਅਨਸਟੈਡੀ, ਅਸਥਿਰ ਅਵਸਥਾ ਵਿੱਚ, ਸਲਿਮ ਫਿਗਰ, ਪਤਲੇ ਸਰੀਰ ਦੇ ਨਾਲ, ਵਿਦ ਅ ਬੈਡਲੀ ਸਕਾਰਡ ਫੇਸ, ਤੇ ਬੁਰੀ ਤਰ੍ਹਾਂ ਚੋਟਲ ਚਿਹਰੇ ਦੇ ਨਾਲ, ਐਂਡ ਵਨ ਆਰਮ ਇਨ ਅ ਕਾਸਟ ਸਟੈਪਡ ਆਫ, ਤੇ ਇੱਕ ਬਾਂਹ ਇੱਕ ਸਾਂਚੇ ਦੇ ਵਿੱਚ ਰੱਖ ਕੇ, ਭਾਵ ਪਲਾਸਟਰ ਕੀਤੀ ਹੋਈ ਬਾਂਹ, ਸਟੈਪਡ ਆਫ ਅ ਟ੍ਰੇਨ ਐਟ ਫੋਰਟ ਲੈਂਗਲੀ. ਤੇ ਉਹ ਫੋਰਟ ਲੈਂਗਲੀ ਵਿਖੇ ਟ੍ਰੇਨ ਦੇ ਵਿੱਚੋਂ ਨੀਚੇ ਉਤਰਿਆ, ਨੀਅਰ ਵੈਂਕੂਵਰ, ਜੋ ਕਿ ਵੈਂਕੂਵਰ ਦੇ ਨੇੜੇ ਸੀ. ਮੈਲਕਮ ਵਾਸ ਪ੍ਰੋਮਪਟਲੀ ਸਮਦਰਡ ਬਾਏ ਅ ਡਿਲਾਈਟਡ ਬਾਬ. ਤੇ ਬਹੁਤ ਖੁਸ਼ ਹੋਈ ਬਾਬ ਨੇ ਉਸਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਰਿਸੀਵ ਕੀਤਾ. ਐਂਡ ਅ ਫਿਊ ਡੇਜ਼ ਲੇਟਰ ਸ਼ੀ ਹੈਡ ਹਰ ਆਂਸਰ. ਤੇ ਕੁਝ ਦਿਨਾਂ ਬਾਅਦ ਹੀ ਬਾਬ ਕੋਲ ਆਪਣਾ ਜਵਾਬ ਸੀ. ਮੈਲਕਮ ਡਰੋਵ ਹਰ ਟੂ ਦ ਟਾਊਨ ਆਫ ਲੈਂਗਲੀ ਐਂਡ ਸਟੋਪਡ ਐਟ ਅ ਜੂਲਰੀ ਸਟੋਰ ਸੋ ਦੈਟ ਦੇ ਕੁਡ ਚੂਜ਼ ਐਨ ਐਂਗੇਜਮੈਂਟ ਰਿੰਗ. ਮੈਲਕਮ ਉਸਨੂੰ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈਂਗਲੀ ਸ਼ਹਿਰ ਵਿੱਚ ਲੈ ਗਿਆ ਤੇ ਉੱਥੇ ਗਹਿਣਿਆਂ ਦੀ ਦੁਕਾਨ ਤੇ ਜਾ ਕੇ ਉਹ ਰੁਕੇ ਤਾਂ ਕਿ ਉਹ ਆਪਣੀ ਐਂਗੇਜਮੈਂਟ ਰਿੰਗ ਖਰੀਦ ਸਕਣ. ਬਾਬ ਸਮਾਈਲਿੰਗ ਐਂਡ ਕਰਾਈਂਗ ਸਾਈਮਲਟੇਨੀਅਸਲੀ. ਬਾਬ ਕਦੀ ਸਮਾਈਲ ਕਰਦੀ ਕਦੀ ਰੋਂਦੀ, ਵਾਸ ਓਵਰਵੈਲਮਡ. ਉਹ ਇਮੋਸ਼ਨਸ ਦੇ ਨਾਲ ਭਰੀ ਹੋਈ ਸੀ. ਔਨ 21st July 1973 ਦੇ ਵਰ ਮੈਰਿਡ. 21 July 1973 ਨੂੰ ਦੋਨਾਂ ਦਾ ਵਿਆਹ ਹੋ ਗਿਆ. 28th. Meanwhile, naal Malcolm discovered that word of his exploit had spread all across Canada. Naal Malcolm ne paya ki us de naal jo bura hoya si us sare Canada vich us di gal pata chal gayi hai. To his surprise, eh us layi bahut surprise wali gal si. It had never occurred to him, eh kadi vi ode dimag vich nahi aaya si, that he could have run and left Bob with the grizzly. Yo utthon pa janda te Bob nu us pure palu kol chhad denda. And he had never seen his actions as heroic. ਅਤੇ ਉਹਦੇ ਮਨ 'ਚ ਕਦੀ ਇਹ ਗੱਲ ਵੀ ਨਹੀਂ ਆਈ ਸੀ ਕਿ ਉਹਨੇ ਇੱਕ ਬੜੇ ਵੱਡੇ ਨਾਇਕਾਂ ਵਾਂਗ ਕੰਮ ਕੀਤਾ, ਇੱਕ ਹੀਰੋ ਵਾਂਗ ਕੰਮ ਕੀਤਾ ਹੈ.
The Royal Humane Society, London, awarded him the Stanhope Gold Medal for performing the bravest deed reported that year in the entire Commonwealth. The Royal Humane Society, London, ne usnu Stanhope Golden Medal, jo ke us saal sare Commonwealth vich sab to zyada bahadri pare kam karke usnu ditta gaya. He received the gold medal for bravery from the Royal Canadian Humane Association and the Carnegie Medal for Heroism from the Carnegie Hero Fund Commission. Usnu Royal Canadian Humane Association valon swarn padak ditta gaya ate Carnegie Hero Fund Commission valon usnu naik wala kam karan de layi Carnegie Medal ditta gaya. 29th. Today Malcolm and Bob live near Vancouver. Aaj Malcolm ਅਤੇ ਬਾਬ ਵੈਂਕੂਵਰ ਦੇ ਨੇੜੇ ਰਹਿੰਦੇ ਹਨ ਐਕਸੈਪਟ ਫੋਰ ਸਕਾਰਸ ਐਂਡ ਹਰੋਇੰਗ ਮੈਮਰੀਜ਼ ਅਤੇ ਉਹਨਾਂ ਜ਼ਖਮਾਂ ਦੇ ਨਿਸ਼ਾਨਾਂ ਅਤੇ ਖੌਫਨਾਕ ਯਾਦਾਂ ਤੋਂ ਬਿਨਾਂ ਦੇ ਸੀਮ ਲਿਟਲ ਡਿਫਰੈਂਟ ਫਰੋਮ ਐਨੀ ਆਫ ਵੈਂਕੂਵਰਸ ਅਦਰ ਕਪਲਸ ਉਹ ਵੈਂਕੂਵਰ ਦੇ ਦੂਜੇ ਜੋੜਿਆਂ ਨਾਲੋਂ ਜ਼ਿਆਦਾ ਕੁਝ ਅਲੱਗ ਨਹੀਂ ਦਿਖਦੇ ਸਮਟਾਈਮਸ ਪੀਪਲ ਆਸਕ ਬਾਬ ਕਈ ਵਾਰ ਲੋਕ ਬਾਬ ਕੋਲ ਪੁੱਛਦੇ ਹਨ ਇਫ ਸ਼ੀ ਮੈਰਿਡ ਮੈਲਕਮ ਆਊਟ ਆਫ ਅ ਸੈਂਸ ਆਫ ਓਬਲੀਗੇਸ਼ਨ ਕਿ ਬਾਬ ਨੇ ਮੈਲਕਮ ਦੇ ਨਾਲ ਇੱਕ ਫਰਜ਼ ਨਿਭਾਉਣ ਦੇ ਤੌਰ ਤੇ ਸ਼ਾਦੀ ਕੀਤੀ ਹੈ She says, oh Candy, I loved Malcolm before the accident, ke main accident to pehla Malcolm nu pyar kardi si, and I always will love him, te main hamesha usnu pyar kardi rahangi. Handicaps should be accepted in life. Apahija nu zindagi de vich swikar karna chahida hai. Scars don't change the person. Zakham vyaktiyan nu nahi badalde. So this is a beautiful true story written by Philip Yancey. The 29th pare vich jadon mainu pata chalya ki oh Vancouver de nede rehnde han ta mera bada jee kar reha hai ki jadon vi main ਕੈਨੇਡਾ ਜਾਵਾਂ ਤੇ ਉਹਨਾਂ ਦੋਨਾਂ ਨੂੰ ਜ਼ਰੂਰ ਮਿਲ ਕੇ ਆਵਾਂ ਤੇ ਮੈਂ ਪ੍ਰੇ ਵੀ ਕਰਦਾ ਹਾਂ ਕਿ ਮੇਰਾ ਸੁਪਨਾ ਜਲਦੀ ਸਾਕਾਰ ਹੋਵੇ